आजा प्रवीण छेती बैठ जा, पहले ही बहुत लेट करता तू ता। मोटरसाइकिल बंदे ने चढ़ दी गल मेरी सही है मनप्रीत, तो गलत काम कर रही नहीं नहीं अज पता ला के होगा मोटरसाइकिल लिया चल के मैं प्रवीण। हाँ जी। होगी रोटी तैयार? हाँ जी हाँ, आलू डब्बे ले जाओ। ते मेरी गल सुनो, मैं किन्ने दिन से तुम देख रही हूँ, ते तुसी इन्नी लेट का तो उठते हो? पता नहीं की गल है, शरीर जो सेट नहीं है, पता नहीं ओवर टाइम लाई जाना रहना तां करके। थानू ना कम दी वाली टेंशन लैण दी लोड़ नहीं, आपदा ना जिन्ना क हुंदा उन्ना क कर लिया करो, जे तुसी बीमार होगे फिर कौन देखूगा? मालक ने ना दूजे बंदे नूं छुट्टी दित्ती हुई है, ओहदा हैगा विआह, ਉਹ ਕਹਿੰਦਾ 10-15 ਦਿਨ ਤੂੰ ਔਖਾ ਸੌਖਾ ਕਿਵੇਂ ਮਰਜ਼ੀ ਕਰ ਕੰਮ, ਹੁਣ ਤੇਰੇ ਸਿਰ 'ਤੇ ਆ, ਹੁਣ ਮਾਲਕਾਂ ਨੂੰ ਜਵਾਬ ਹੀ ਨਹੀਂ ਦਿੱਤਾ ਜਾਣਾ। ਉਹ ਤਾਂ ਠੀਕ ਹੈ ਜੀ, ਪਰ ਆਪਦੀ ਸਿਹਤ ਉੱਤੋਂ ਦੀ ਵੀ ਨਹੀਂ ਨਾ ਕੁਛ। ਕੋਈ ਨਹੀਂ, 10-15 ਦਿਨਾਂ ਦੀ ਗੱਲ ਹੈ, ਔਖਾ ਸੌਖਾ ਟਾਈਮ ਕੱਢਣਾ ਪਊਗਾ। ਚਲੋ ਦੇਖ ਲਓ ਤੁਸੀਂ ਜਿਵੇਂ ਤੁਹਾਨੂੰ ਸਹੀ ਲੱਗਦਾ। ਚਲ ਪੈਸੇ ਵੀ ਵਧਾ ਤੇ, ਹੁਣ ਮੇਰੀ ਤਨਖਾਹ ਵੀ ਵਧਾ ਤੀ ਨਾ ਤਾਂ। ਮੈਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ, ਪਰ ਜੇ ਤੁਸੀਂ ਆਪ ਹੀ ਨਹੀਂ ਸਹੀ ਰਹੋਗੇ ਫਿਰ ਇਹੋ ਜਿਹੇ ਪੈਸਿਆਂ ਦਾ ਵੀ ਆਪਾਂ ਨੇ ਕੀ ਕਰਨਾ? ਪੈਸਿਆਂ ਦੀ ਮਜਬੂਰੀ ਹੈ ਆਪਾਂ ਦੀ ਵੀ, ਜੇ ਪੈਸਾ ਨਾ ਹੋਊਗਾ ਕਿਵੇਂ ਚੱਲੂ ਗੁਜ਼ਾਰਾ ਆਪਾਂ ਦਾ। ਚਲੋ ਕੋਈ ਨਾ ਜੀ। ਹੁਣ ਤੈਨੂੰ ਪਤਾ ਕਿਸ਼ਤਾਂ ਵੀ ਭਰਨੀ, ਹੁਣ ਮਕਾਨ ਵੀ ਬਣੀ ਜਾਂਦਾ ਆਪਾਂ ਦਾ, ਉੱਧਰ ਵੀ ਹੈ, ਬਹੁਤ ਸੋਚਣਾ ਪੈਂਦਾ, ਮੈਨੂੰ ਕਰਨਾ ਪੈਂਦਾ, ਮਜਬੂਰੀ ਹੈ ਮੇਰੀ। ਚਲ ਕੋਈ ਨਹੀਂ, ਦਵਾਈ ਲੈ ਲੂੰਗਾ ਮੈਂ, ਚਲ ਕੋਈ ਗੱਲ ਨਹੀਂ, ਲੈ ਲਿਓ ਧਿਆਨ ਨਾਲ ਦਵਾਈ ਜਾ ਕੇ। ਚੰਗਾ। ਲੈ ਦੱਸ, ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ, ਚੰਗੇ ਭਲੇ ਸੀ ਕਦੇ ਸਿਰ ਤੱਕ ਨਹੀਂ ਦੁਖਿਆ ਇਹਨਾਂ ਦਾ, ਪਰ ਉਹ ਫਿਰ ਕਰੀਏ ਵੀ ਕੀ, ਘਰ ਨੂੰ ਚਲਾਉਣ ਵਾਲੇ ਵੀ ਇਹੀ ਨੇ। ਹੇ ਵਾਹਿਗੁਰੂ ਜੀ, ਬਸ ਆਪਦੀ ਕਿਰਪਾ ਦਾ ਹੱਥ ਬਣਾ ਕੇ ਰੱਖਿਓ ਸਾਡੇ 'ਤੇ, ਠੀਕ ਹੋ ਜਾਣ ਛੇਤੀ ਇਹ। ਡਾਕਟਰ ਦੇਖ ਸਮਾਰ ਕੇ ਦੇਖ ਇਹਨੂੰ। ਦੇਖਦੇ ਹਾਂ ਜੀ। ਹੋਰ ਬੀਪੀ ਲੋ ਰਹਿੰਦਾ ਇਹਨਾਂ ਦਾ? ਬੀਪੀ ਹਾਂ, ਦੇਖ ਕੇ ਨਾ ਸਿਰ ਦਰਦ ਹੁੰਦਾ ਡਾਕਟਰ ਸਾਹਿਬ ਮੇਰਾ ਬਾਲਾ ਜਿਆਦਾ। ਕਿੰਨੇ ਦਿਨ ਹੋ ਗਏ? ਬਸ ਮੇਰਾ ਤਾਂ ਡੇਲੀ ਦਾ ਹੀ ਹਾਲ ਹੋਇਆ ਪਿਆ। ਇੰਜੈਕਸ਼ਨ ਲਵਾਓ ਫਿਰ ਕਿਹੜਾ ਤਾਂ। ਮੈਨੂੰ ਡਾਕਟਰ ਸਾਹਿਬ ਟੈਨਸ਼ਨ ਵਾਲੀ ਰਹਿੰਦੀ ਹੈ। ਅੱਛਾ ਡਾਕਟਰ, ਬਹੁਤ ਡਾਕਟਰ ਆ। ਅੱਛਾ ਜੀ, ਨਗਾ ਦੇ ਥਾਂ ਵੀ ਦੀ ਕੋਈ ਡਾਕਟਰ ਨਹੀਂ ਛੱਡਿਆ, ਇਹਦਾ ਸਾਨੂੰ ਕਿਸੇ ਬੰਦੇ ਨੇ ਦੱਸਿਆ ਸੀਗਾ, ਕਹਿੰਦਾ ਵੀ ਆਪਣੇ ਕਾਕਾ ਡਾਕਟਰ ਆ। ਅੱਛਾ, ਕਾਕਾ ਕਲੀਅਰ ਕੀ ਕਹਿੰਦਾ ਮੈਨੂੰ ਕਹਿਣਾ ਨਹੀਂ ਆਉਂਦਾ। ਅੱਛਾ ਜੀ, ਹਾਂ ਵੀ ਉਹਦੇ ਕੋਲ ਜਾਓ, ਅਸੀਂ ਆਸ ਲੈ ਕੇ ਹੁਣ ਤੁਹਾਡੇ ਕੋਲ ਆਏ ਹਾਂ। ਕੋਈ ਗੱਲ ਨਹੀਂ, ਠੀਕ ਹੈ, ਹੁਣ ਤੁਸੀਂ ਬਸ ਕਿਹੜਾ ਭਈ ਐਂ ਕਰਦੇ, ਕਿਹੜਾ ਮੈਂ ਅੱਜ ਦਵਾਈ ਦੇਣਾ ਟੀਕਾ ਲਾ ਕੇ, ਠੀਕ ਹੈ ਜੀ, ਫਿਰ ਆਪਾਂ ਸ਼ਾਮ ਨੂੰ ਟੈਸਟ ਕਰਵਾਵਾਂਗੇ। ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਕਰ ਲਾਂਗੇ। ਫਿਰ ਆਪਾਂ ਦੇਖਦੇ, ਫਿਰ ਆਪਾਂ ਰਾਹ ਪਾ ਲਾਂਗੇ ਗੱਲ। ਠੀਕ ਹੈ ਜੀ, ਠੀਕ ਹੈ ਜੀ, ਕਿਹੜਾ ਭਈ ਟੀਕਾ ਲਵਾ ਲਓ, ਲਵਾ ਲਓ। ਹਾਂ ਕਿਹੜਾ ਇਹਨੂੰ ਮਾੜਾ ਫਰਕ ਪੈ ਜੇ ਫਿਰ ਆਪਾਂ ਟੈਸਟ ਕਰਾਉਣਾ ਸੌਖਾ ਹੋ ਜਾਏਗਾ। ਕਿਹੜਾ ਟੀਕਾ ਲਾ ਕੇ ਸੈੱਟ ਕਰ ਲਈਏ। ਠੀਕ ਹੈ ਜੀ, ਠੀਕ ਹੈ ਜੀ, ਲੈ ਲਵਾ ਲਓ ਟੀਕਾ ਫਿਰ। ਹੋਰ ਕਿਹੜਾ ਵੀ ਸੈੱਟ ਕਰੀਏ? ਕਿਹੜੇ ਪਾਸੇ ਲਾਉਂਗਾ, ਇੱਧਰ ਕੇ? ਨਹੀਂ ਪਏ ਜੋ ਇਹ ਪਾਸੇ ਦੀ ਲਾਵਾਂਗੇ। ਚਲਾਂਗੇ ਕਿਹੜਾ ਸੈਟਿੰਗ ਜੀ ਹੋ ਜੇ। ਹਾਂ ਫਿਰ ਟੈਸਟ ਕਰਾਵਾਂਗੇ ਜੀ, ਨਾ ਟੈਸਟ ਕਰਾਉਣਾ ਵੀ ਸੌਖਾ ਹੋ ਗਿਆ। ਹਾਂ ਪ੍ਰਵੀਨ ਆਜਾ। ਮਨਪ੍ਰੀਤ ਕਿਵੇਂ ਆ? ਵਧੀਆ, ਚਾਹ ਪੀਂਦੀ ਸੀ? ਪੀਵੇਂਗੀ ਚਾਹ? ਨਾ ਨਾ ਭੈਣੇ, ਚਾਹ ਨੂੰ ਨਹੀਂ ਜੀ ਕਰਦਾ, ਸਵੇਰ ਤੋਂ ਉੱਠਦੇ ਆ ਚਾਹ ਹੀ ਪੀਨੇ, ਤਿੰਨ ਤਿੰਨ ਵਾਰੀ ਘਰੇ ਚਾਹ ਬਣਦੀ ਆ ਸਾਡੇ ਤੋਂ ਸਵੇਰ ਦੇ ਟਾਈਮ। ਚੱਲ ਵਧੀਆ, ਹੋਰ ਅੱਜ ਕਿਵੇਂ ਮਾਰ ਲਿਆ ਗੇੜਾ ਫਿਰ? ਗੇੜਾ ਕੀ, ਉਹੀ ਬਸ ਕੰਮ ਕਰਨ ਬੈਠ ਕੇ ਆਈ ਸੀ, ਮੈਂ ਕਿਹਾ ਚੱਲ ਪ੍ਰਵੀਨ ਕੋਲੇ ਗੇੜਾ ਕੱਢਿਆ ਵਾ। ਚੱਲ ਆ ਤਾਂ ਤੂੰ ਵਧੀਆ ਕੀਤਾ, ਵੈਸੇ ਵੀ ਨਾ ਮੇਰਾ ਮਨ ਜਿਹਾ ਨਹੀਂ ਲੱਗ ਰਿਹਾ ਸੀਗਾ, ਤੂੰ ਆਏ ਜੇ ਮੂੰਹ ਬਣਾਇਆ, ਕੀ ਹੋਇਆ? ਕੀ ਦੱਸਾਂ ਮਨਪ੍ਰੀਤ, ਸਾਡੇ ਤਾਂ ਨਾ ਘਰੇ ਜਿਵੇਂ ਗ੍ਰਹਿ ਜਿਹਾ ਡਿੱਗ ਗਿਆ ਹੋਵੇ, ਕੁਛ ਸਮਝ ਨਹੀਂ ਆ ਰਹੀ ਵੀ ਕੀ ਹੋ ਰਿਹਾ। ਚੰਗੇ ਭਲੇ ਜਾਂਦੇ ਸੀ ਡਿਊਟੀ ਤੇ ਇਹ, ਹੁਣ ਇਹਨਾਂ ਨੂੰ ਇੰਨੇ ਦਿਨਾਂ ਤੋਂ ਪਤਾ ਨਹੀਂ ਕੀ ਦਊ ਰਿਹਾ, ਕੀ ਨਾ ਟਾਈਮ ਸਿਰ ਉੱਠਿਆ ਨਹੀਂ ਜਾਂਦਾ, ਕਹਿੰਦੇ ਸਰੀਰ ਨਹੀਂ ਸਾਥ ਦੇ ਰਿਹਾ। ਓਹੋ, ਇੰਨਾ ਤਾਂ ਉਹ ਕੰਮ ਕਰਦਾ ਸੁਬਹ ਸ਼ਾਮ, ਥਕਾਵਟ ਨਾਲ ਆਏ ਸਰੀਰ ਉਹ ਹੋ ਗਿਆ ਹੋਣਾਗਾ, ਉਈ ਬੁਖਾਰ ਜਿਹਾ ਉਹਨੂੰ ਹੋਇਆ ਹੋਣਾ, ਹੋਰ ਕੀ ਹੋਣਾ। ਗੱਲ ਇਹ ਵੀ ਆ, ਚੰਗੀ ਤਰ੍ਹਾਂ ਕਿੱਥੇ ਆਰਾਮ ਮਿਲਦਾ ਗਾ, ਸਾਰੀ ਦਿਹਾੜੀ ਬਸ ਕੰਮ ਕੰਮ ਕੰਮ। ਇੱਕ ਭੈਣੇ ਤੇਰੇ ਸਾਹਮਣੇ ਇੱਕ ਆਦਾ ਉਲਾ ਲੋਕਾਂ ਦਾ ਵੀ ਦੰਦਾ ਲੈ ਕੇ ਬਹਿ ਜਾਂਦਾ ਗਾ। ਹਾਂ ਇਹ ਤਾਂ, ਕਿਸੇ ਨੂੰ ਕੀ ਪਤਾ ਸੀ ਕਿੰਨੀਆਂ ਔਖਾਂ ਨਾਲ ਘਰ ਬਣ ਰਹੇ, ਹਜੇ ਬਿਸਤਰੀ ਵਿੱਚੇ ਰੁਕਿਆ ਪਿਆ। ਦੇਖ ਤੇਰੇ ਨਾਲ ਤਾਂ ਮੈਂ ਦੁੱਖ ਸੁੱਖ ਸਾਂਝਾ ਕਰ ਲੈਂਦੀ ਹਾਂ, ਹੁਣ ਹਰ ਇੱਕ ਨਾਲ ਤਾਂ ਢਿੱਡ ਵੀ ਨਹੀਂ ਫਰੋ ਲਿਆ ਜਾਂਦਾ ਆਪਦਾ। ਕਿੰਨਾ ਕਰਿਆ ਗਿਆ ਤੁਹਾਡੇ ਉੱਧਰਲੇ ਘਰ ਦਾ ਕੰਮ? ਲੱਗ ਜੋ ਹਜੇ ਤਾਂ ਮਨਪ੍ਰੀਤ, 2-3 ਮਹੀਨੇ ਤਾਂ ਲੱਗੇ ਜਾਣੇ। ਹਾਂ ਚੱਲੀ ਜਾਂਦਾ ਹੋਣਾ ਹਨਾ ਹਜੇ? ਚੱਲ ਰਿਹਾ ਭੈਣੇ, ਹਜੇ ਤਾਂ ਪਲਸਤਰ ਕਰਵਾਉਣਾ ਗਾ, ਜੋੜੀਆਂ ਜੁੜੀਆਂ ਲਵਾਉਣੀਆਂ ਨੇਗੀਆਂ, ਕੰਮ ਤਾਂ ਖਾਸਾ ਪਿਆ ਗਾ, ਪੈਸਾ ਹੱਥ ਚ ਇੱਕ ਨਹੀਂ ਹੈਗਾ,
मिस्त्री तो एक बारी घरे वाड़ लिए ना कढ़ना बहुत औखा हुंदा, कोई ना कोई काम अगे आ ही जांदा फिर तां। होर एड्डा विड विड लिया हुण पता नहीं पूर चढ़ू पता नहीं ना। तुसी भी कह रही पहला कल्ला घर पा के छड़ दिंदे, प्लास्टर प्लूस्टर बाद चो हुंदा रहिंदा। केड़ा पता सी ब्याह कुछ होगा, चंगा भला चल रहा सी सारा कुछ ही। चल कोई नहीं हो जूगा फिर सारा कुछ ही। होर बस तेरे पेके ठीक आ? उधर तो सारे वधिया सुख सांद ने, तू दस तेरे परिवार सारा ठीक ठाक? वधिया वधिया साडे तां। चल वधिया, आ तां मनप्रीत तू बाली वधिया कर दी है, जिहड़ी मिंट च गेड़ा मार जानी है। तेनूं पता नाले मेरी तां बाली किसे नाले इन्नी बोलचाल है भी नहीं। तू घरों बाहर निकल लिया कर, घरे ही फिरदी रहनी आ कल्ली। जब सिर ते जिम्मेवारियां दा बोझ होवे ना फिर मन नहीं करदा बाहर निकल। बाहर जाके ना लोकां नाल गल्लां बातां करेंगी, मन किते दी किते जांदा। मेरे अर्गी कोले जावड़िया कर, होर नहीं तां गल ओ नहीं हैगी मनप्रीत, तेनू भी पता एक दी अगली गांह चार चार बना लैंदियां ने। एवी बस हूं सारिया पंजे उंगलां बराबर करतियां तू? ना ना बराबर तां काणू कीतियां ने, जे इहो जी गल हुंदी मैं तेरे नाल आपदा दुख सुखी ना सांझा करदी। तू तो हरेक गल आपदे ती लै लैनी आ। फिर तू तो साडे घर वाल भी नहीं गेड़ा मारदी अड़ीए, टाइम ही नहीं मिलता तेनू पता। कदे मिस्त्रियां दे चाह पानी हो जांदा, फिर रोटी टुकदा हो जांदा, भांडे ठीकर चक, सारा दिन भले मेरे तो सुत नहीं संभलदी गी। चल कोई नहीं, जे ज्यादा काम तेरे तो नहीं हुंदा ना मैनू आवाज मार लिया कर, मैं बनवा दिया करूंगी रोटी टुक तेरे नाल। चल ठीक है। चल चंगा मैं चलदी हाँ। चंगा भैने ज्योंदी वसदी रह। दस हुण इन्हां नूं की पता भी बंदा किवें भुखा दिया के रह के दिन कटियां करदा है। रब्बा साडी भी सुन लै, नहीं एवं जनानियां ने तो मूंह जोड़ जोड़ के गल्लां करने शुरू कर देनियां ने। पहली सानूं तां दंदा लै के बह गया। मैं एक बारी नहीं हजार बारी कहागा, आ लै हुण गोली लै ला, हुण चुप जा करके पैगी। होर मैं हुण की करा, तैनूं हजार बारी कहा भाई कम वाली रख ला, कम वाली रख ला। हां कम वाली रख ला, आ लै ਕੰਮ ਵਾਲੀ ਰੱਖੀਗੇ ਫੇਰ ਹੀ ਆ। ਕੰਮ ਵਾਲੀ ਦੱਸ ਗਈ ਉਹ ਕਿਹੜਾ ਹੋ ਨਹੀਂ ਲੱਗਦੇ, ਜਿੰਨੀ ਕੁ ਠੀਕ ਹੁੰਦੀ ਓਨਾ ਕੁ ਕੰਮ ਕਰ ਲੈਣੀ ਆ, ਮੁੜ ਕੇ ਉਹੀ ਬਾਹਾਂ ਕਹਾੜੀ ਫੇਰ ਆ। ਲੈ ਲੈ ਪਾਣੀ ਪੀਣ। ਮੈਂ ਬੋਲੂੰਗੀ ਫੇਰ ਵੀ ਕੋਈ ਉਹ ਹੈ ਬੁਰਾ ਹੀ ਲੱਗੂਗਾ, ਹਾਰ ਕੇ ਚੁੱਪੀ ਰਹਿਣੀ ਹੈ, ਦਿਮਾਗ ਤੇ ਟੈਨਸ਼ਨਾਂ ਫਿਰ ਆਹੀ ਨੇ, ਕਰਦੀਆਂ ਨੇ ਹੋਰ ਕਾਹਦੀਆਂ ਨੇ। ਹੁਣ ਤਾਂ ਲਈ ਜਾ ਬਿਨਾਂ ਗੱਲਬਾਤ ਤੋਂ, ਤੁਹਾਨੂੰ ਦੱਸਦਾ ਗੱਲ ਆ, ਮੇਰੇ ਕੋਲ ਬਾਹਲੀਆਂ ਗੱਲਾਂ ਨਹੀਂ, ਮੈਂ ਕੰਮ ਵਾਲੇ ਕੋਲ ਜਾ ਕੇ ਆਉਣਾ ਤੇ ਕੰਮ ਵਾਲੇ ਘਰੇ ਰੱਖਾਂਗੇ ਬਸ, ਸਿੱਧੀ ਗੱਲ ਦੱਸ। ਉਹ ਕੰਮ ਵਾਲੀਆਂ ਤੈਨੂੰ ਪਤਾ ਤਾਂ ਹੈਗਾ ਮੇਰਾ, ਬਸ ਕੋਈ ਥੋੜਾ ਕਰੇ ਕੋਈ ਵਾਲਾ ਕਰੇ, ਮੈਨੂੰ ਇਸ ਦਾ ਕੋਈ ਮਸਲਾ ਨਹੀਂ, ਕੁਛ ਤਾਂ ਕਰੂਗੀ, ਸਾਰਾ ਦਿਨ ਲੱਗੀ ਰਹਿੰਦੀ ਆ, ਫਿਰ ਮੁੜ ਕੇ ਉਹੀ ਬਾਹਾਂ ਘਾੜੀ, ਇਹਦਾ ਕੋਈ ਫਾਇਦਾ ਨਹੀਂ। ਉਹ ਕਹਿ ਕੇ ਗਿਆ ਤੇਰੇ ਸਾਹਮਣੇ ਡਾਕਟਰ, ਭਾਈ ਇਹਨੂੰ ਆਰਾਮ ਦੀ ਲੋੜ ਆ, ਆ ਤਾਂ ਤੂੰ ਆਰਾਮ ਕਰ, ਦਵਾਈ ਲੈ ਬਸ। ਚਲ ਠੀਕ ਆ ਚੰਗਾ, ਘੱਟ ਕਰ ਦੂ ਕਿੱਡੀ ਗੱਲ ਆ, 20 ਮਹੀਨਾ ਠੀਕ ਤਾਂ ਹੋ ਜਾ ਫਿਰ ਹੀ ਆ। ਚਲ ਮੈਂ ਮੰਨਦਾ ਤੇਰੀ ਗੱਲ ਵੀ ਉਹੇ ਕੰਮ ਨਹੀਂ ਹੁੰਦਾ, ਕੁਛ ਤਾਂ ਕਰੂਗੀ ਅਗਲਾ, ਰੋਟੀਆਂ ਲਾਹ ਕਰ, ਕੱਪੜੇ ਦਬਾਲਿਆ ਕਰ। ਕਿੱਡੀ ਗੱਲ ਜੇ ਮਹੀਨਾ ਹੋ ਘੱਟ ਸਫਾਈ ਹੋ ਜਾਊ ਫਿਰ ਕੀ ਹੋ ਜਾਊ? ਉਹ ਝਾੜੂ ਪੋਚੇ ਵਾਲੇ ਨੂੰ ਲਵਾ ਲੂੰਗੀ ਮੈਂ, ਐਵੇਂ ਮੈਂ ਨਹੀਂ ਵਾੜਦੀ ਰਸੋਈ ਰਸੋਈ 'ਚ, ਮੈਨੂੰ ਨਹੀਂ ਕੰਮ ਪਸੰਦ ਆਉਂਦਾ, ਨਾਲੇ ਤੈਨੂੰ ਪਤਾ ਤਾਂ ਹੈਗਾ ਗਾ ਰੋਟੀ ਪਾਣੀ ਮੈਂ ਆਪੇ ਬਣਾ ਲੂੰਗੀ। ਤੂੰ ਐਂ ਕਹਿੰਦਾ ਮੈਂ ਤਾਂ ਠੀਕ ਹੀ ਨਹੀਂ ਹੋਣਾ। ਚੱਲ ਹੋ ਜਾਊਂਗੀ ਕੋਈ ਨਹੀਂ, ਮੈਨੂੰ ਗੋਲਾ ਵੱਜਿਆ ਫਿਰ। ਗੋਲਾ ਵੱਜਿਆ? ਹਾਂ ਉਹੀ ਗੱਲ, ਗੋਲਾ ਕਹਿੰਦੇ ਇੱਕ ਗੱਲ ਤੇ। ਆਹੋ ਮੈਂ ਤਾਂ ਸਾਰੇ ਕੰਮ ਨੂੰ ਕਹਿ ਕੇ ਆਉਂ ਬਈ, ਇੱਕ ਮਹੀਨਾ ਤਾਂ ਲਵਾਊਂਗਾ, ਬਾਅਦ 'ਚ ਆਦਾ ਜਿਵੇਂ ਮਰਜ਼ੀ ਕਰੀ, ਮੈਂ ਸਾਰੇ ਕੰਮ ਵਾਲਿਆਂ ਵਿੱਚ ਗੱਲ ਕਰਕੇ ਆਊਂਗਾ ਇੱਕ ਮਹੀਨੇ ਬਾਅਦ, ਤੇ ਉਹਦੇ ਬਾਅਦ ਜਦੋਂ ਤੈਨੂੰ ਹੋ ਗਈ ਸੈਟਿੰਗਾ ਫਿਰ ਕੱਲਾ ਰੋਟੀਆਂ ਰੋਟੀਆਂ ਆਪਾਂ ਇਹਨੂੰ ਹਟਾ ਦੇਵਾਂਗੇ, ਮੁੜ ਕੇ ਦੂਜੇ ਕੰਮ ਤੇ ਲੱਗ ਜਾਊਂਗਾ। ਕਿੰਨਾ ਕੁ ਟੱਬਰ ਹੈ ਆਪਣੇ, ਕਿੰਨਾ ਥੋੜਾ ਹੋਵੇ ਵਾਲਾ ਵਜੇ। ਹਾਂ ਐਵੇਂ ਕਰੀ ਜਾਂਦਾ ਗਾ ਕੰਮ ਵਾਲੀ ਕੰਮ ਵਾਲੀ, ਕਿੰਨਾ ਕੁ ਕੋਈ ਗੱਲ ਨਹੀਂ, ਆ ਟੀਕਾ ਲਾ ਕੇ ਦਵਾਈ ਲੈ ਲਈ। ਮੇਰੇ ਨੂੰ ਬੱਬਾ ਵਾਲੀਆਂ ਗੱਲਾਂ ਆਉਂਦੀਆਂ, ਤੂੰ ਆਦਾ ਆਰਾਮ ਕਰ, ਮੈਂ ਹੁਣੇ ਕੰਮ ਵਾਲੀ ਕੋਲ ਜਾ ਕੇ ਆਉਣਾ, ਬਸ ਸਿੱਧੀ ਪੰਜਾਬੀ ਗੱਲ ਦੱਸ ਦਿੰਦੀ। ਚੱਲ ਜਾ ਆ, ਮੇਰੇ ਨਾਲ ਵੀ ਜਿਹੜਾ ਕਰੀ ਜਾਂਦਾ ਗਾ। ਟੈਨਸ਼ਨਾਂ ਹੋਰ ਬਥੇਰੀਆਂ ਗਈਆਂ, ਆ ਕੰਮ ਕਰਨ ਨਾਲ ਦੱਸ ਮੈਨੂੰ ਗੋਲੀ ਵੱਜਦੀ ਹੈਗੀ, ਹਟਦਾ ਹੀ ਨਹੀਂ ਹੈਗਾ। ਹਾਏ ਮਰ ਜਾ, ਕੀ ਹੋ ਗਿਆ ਜੀ ਤੁਹਾਨੂੰ, ਠੀਕ ਵੀ ਹੋ? ਕੀ ਹੋਇਆ? ਮੇਰਾ ਸਿਰ ਬੜਾ ਦੁਖਿਆ ਨਾ, ਲੱਤਾਂ ਉੱਪਰ ਬੁਰਕੇ ਨਿਕਲੇ ਨਾ। ਅੱਛਾ ਤੁਸੀਂ ਬੈਠੋ, ਮੈਂ ਡਾਕਟਰ ਨੂੰ ਬੁਲਾ ਕੇ ਲਿਆਉਣੀ ਹੈ ਪਿੰਡ ਵਾਲੇ ਨੂੰ। ਉਹ ਰਹਿਣ ਦੇ ਡਾਕਟਰ ਨੂੰ, ਰਹਿਣ ਦੇ, ਤੂੰ ਗੱਲ ਸੁਣ ਤੂੰ ਮੇਰੀ। ਹਾਂਜੀ ਉਹ ਗੋਲੀ ਪਈ ਆ ਸਿਰ ਦੋ ਦਿਨ ਲਿਆ ਦੇ ਮੈਨੂੰ, ਇੱਧਰ ਡਾਕਟਰ ਨੂੰ ਬੁਲਾਈ, ਹੁਣ 500-400 ਬਣਾ ਕੇ ਪੈ ਜਾਊਗਾ। ਹਲੋ ਜੀ ਖੜੇ ਹੋ,
ਆ ਜਾਓ ਤੁਸੀਂ। ਐਂ ਕਰ ਦੋ ਘੁੱਟਾ ਚਾਹ ਬਣਾ ਦੇ। ਮੈਂ ਚਾਹ ਤਾਂ ਮੈਂ ਬਣਾ ਦਿੰਨੀ ਆ। ਮੈਂ ਤੁਹਾਨੂੰ ਕਿਹਾ ਸੀ ਵੀ ਜੇ ਤੁਸੀਂ ਨਹੀਂ ਠੀਕ ਹੈਗੇ ਅੱਜ ਰਹਿਣ ਦਿਓ ਕੰਮ ਨੂੰ, ਤੁਸੀਂ ਕਿਹੜਾ ਸੁਣਦੇ ਹੋਗੇ। ਉਹ ਤੇ ਮਾਲਕਾਂ ਦਾ ਭਜਾ ਕੇ ਜਾਈ, ਕਿਆ ਮਰਜ਼ੀ ਵਾ ਬੈਠਾ ਰਹੇ ਉੱਤੇ, ਮੈਂ ਕਿਹੜਾ ਕੰਮ ਕਰਦਾ। ਮੇਰੀ ਗੱਲ ਸੁਣੋ, ਦੇਖੋ ਤੁਹਾਨੂੰ ਵੀ ਪਤਾ ਵੀ ਤੁਹਾਡੇ ਬਿਨਾਂ ਇੱਥੇ ਇਸ ਘਰ 'ਚ ਮੇਰਾ ਹੋਰ ਕੋਈ ਨਹੀਂ ਹੈਗਾ। ਫਿਰ ਤੁਸੀਂ ਇਹੋ ਜਿਹੇ ਕੰਮ ਨੂੰ ਕੀ ਕਰਨਾ ਜੇ ਤੁਸੀਂ ਵੀ ਨਹੀਂ ਸਹੀ ਹੈਗੇ, ਤੁਹਾਨੂੰ ਕੁਛ ਹੋ ਗਿਆ ਫਿਰ ਬਾਅਦ 'ਚ ਮੇਰਾ ਕੀ ਬਣੂਗਾ। ਕੱਲ੍ਹ ਨੂੰ ਮੁੰਡਾ ਆ ਜਾਊਗਾ, ਫਿਰ ਸਾਰਾ ਕੰਮ ਸਾਂਭਲੂਗਾ ਆ ਕੇ। ਮੈਨੂੰ ਨਹੀਂ ਪਤਾ ਹੈਗਾ, ਗੱਲ ਸੁਣ ਲਓ ਮੇਰੀ, ਤੁਸੀਂ ਕੰਮ 'ਤੇ ਨਹੀਂ ਜਾਣਾ ਹੈਗਾ ਅੱਜ ਤੋਂ ਬਾਅਦ, ਬਸ ਆਪਦਾ ਜੋ ਮਰਜ਼ੀ ਕਰੋ। ਮੈਂ ਤਾਂ ਰੁੱਖੀ ਸੁੱਖੀ ਰੋਟੀ ਨਾਲ ਹੀ ਸਾਰ ਲੂੰਗੀ, ਮੈਨੂੰ ਨਹੀਂ ਚਾਹੀਦੇ ਤਾਜ ਮਹਿਲ। ਉਹ ਕੋਈ ਇੰਨੀ ਕੋਈ ਟੈਨਸ਼ਨ ਲੈ ਜਾਂਦੇ ਆ, ਸਿਰ ਦੁਖਦਾ ਵਾ, ਲੱਤਾਂ ਦੁਖਦੀਆਂ, ਗੋਲੀ ਨਾਲ ਠੀਕ ਹੋ ਜਾਊਗਾ, ਕੋਈ ਇੰਨਾ ਨਾ ਫਿਕਰ ਕਰਿਆ ਕਰ। ਤੁਸੀਂ ਪੋਵੇਂ ਚਾਹ ਬਣਾ ਕੇ ਲਿਆਉਣੀ ਆ। ਹੋਰ ਉਹ ਫਿਕਰ ਕਰਦੇ ਰਹਿੰਦੇ ਤੂੰ ਮਾੜੇ, ਬੜਾ ਫਿਕਰ ਕਰਦੀ ਹੈ, ਮਾੜੀ ਗੱਲ ਦਾ ਟੈਂਸ਼ਨ ਤਾਂ ਇਹਦੇ ਨੂੰ ਅੰਕਾ ਲੈਣੀ ਦਾ ਤਾਂ। ਕੰਮ ਵਾਲੇ ਨੇ ਕਿਹੜਾ ਮਿਲ ਦੇਗਾ, ਕਿੰਨਾ ਮਰਜ਼ੀ ਪਾੜ ਲਾ। ਆਏ ਓਏ ਸਿਰ ਫੱਟ ਜਾਂਦਾ। ਪ੍ਰਵੀਨ। ਹਾਂਜੀ, ਕਿਵੇਂ ਠੀਕ ਹੋ ਤੁਸੀਂ? ਕਿੱਥੇ ਠੀਕ ਆ, ਦਵਾਈ ਲਿਆ ਦੇ ਮੈਨੂੰ ਦਵਾਈ। ਦਵਾਈ ਤਾਂ ਖਤਮ ਹੋ ਗਈ ਜੀ ਤੁਹਾਡੀ। ਖਤਮ ਹੋ ਗਈ? ਹੁਣ ਤੂੰ ਐਂ ਕਰ, ਮੇਰੇ ਖਾਤੇ ਚ ਪੈਸੇ ਕਢਵਾ ਲਾ, ਆਏ ਹੋਣਗੇ ਥੋੜੇ ਮੋਟੇ। ਤੁਹਾਡੇ ਖਾਤੇ ਤੋਂ ਕਿੱਥੋਂ ਕਢਵਾ ਲਵਾਂ ਜੀ, ਆ ਹੁਣ ਤੱਕ ਜਿੰਨੀਆਂ ਦਵਾਈਆਂ ਦਿੱਤੀਆਂ ਨੇ ਸਾਰੀਆਂ ਤੁਹਾਡੇ ਖਾਤੇ ਚ ਕਢਵਾ ਕਢਵਾ ਕੇ ਲਿਆ ਕੇ ਆਈਆਂ ਮੈਂ। ਤੇ ਪੈਸਾ ਇੱਕ ਵੀ ਨਹੀਂ ਆਪਾਂ ਕੋਲ? ਪੈਸਾ ਤਾਂ ਕੋਈ ਵੀ ਨਹੀਂ ਹੈਗਾ ਜੀ ਹੁਣ, ਫਿਰ ਹੁਣ ਕਿਵੇਂ ਕਰੀਏ? ਦਵਾਈਆਂ ਤੁਹਾਨੂੰ ਤਾਂ ਸਾਰੇ ਕਿਤੇ ਦਵਾ ਕੇ ਦੇਖ ਲਈਆਂ, ਰੱਬ ਦਾ ਇਹੋ ਜਿਹਾ ਪਤਾ ਨਹੀਂ ਕੀ ਮਾੜਾ ਕਰਤਾ ਜਿਹੜੀ ਆ ਮੁਸੀਬਤ ਪਾਤੀ ਆਪਣੇ ਤੇ, ਕੀ ਕਰੀਏ ਜੀ ਆਪਾਂ। ਮੇਰੀ ਗੱਲ ਸੁਣੋ, ਤੁਸੀਂ ਨਾ ਬੜਾ ਫਿਕਰ ਨਾ ਕਰੋ, ਮੈਂ ਕਰਦੀ ਹਾਂ ਕੋਈ ਹਿੱਲਾ, ਮੈਨੂੰ ਲੱਗਦਾ ਮੈਨੂੰ ਹੀ ਕੰਮ ਕਾਰ ਕਰਨਾ ਪਊਗਾ ਹੁਣ, ਕਿੰਨਾ ਕੁ ਟਾਈਮ ਐਸ ਰਹੂਗਾ। ਤੂੰ ਕੀ ਕਰੇਂਗੀ, ਤੂੰ ਐਂ ਕਰ ਕਿਸੇ ਡਾਕਟਰ ਤੋਂ ਦਵਾਈ ਧਾਰ ਲਿਆ, ਤੂੰ ਕੰਮ ਕਿੱਥੇ ਕਰੇਂਗੀ, ਨਾ ਤੂੰ ਇੰਨੀ ਪੜ੍ਹੀ ਲਿਖੀ ਹੈ। ਹੁਣ ਤਾਂ ਜੀ ਪਿੰਡ ਵਾਲਾ ਡਾਕਟਰ ਵੀ ਜਵਾਬ ਦੇ ਗਿਆ, ਕਹਿੰਦਾ ਪਹਿਲਾਂ ਪਹਿਲਾਂ ਉਹਦਾ ਸਭ ਕਲੀਅਰ ਕਰੋ, ਉਦੋਂ ਬਾਅਦ 'ਚ ਲੈ ਜਾਇਓ ਦਵਾਈਆਂ। ਤੁਹਾਡੀਆਂ ਤਾਂ ਦਵਾਈਆਂ ਵੀ ਇੰਨੀਆਂ ਮਹਿੰਗੀਆਂ ਨੇ, ਹੁਣ ਤੁਹਾਡੇ ਤੋਂ ਕੀ ਲੁਕੋ ਰੱਖਾਂ ਮੈਂ, ਜਿੰਨੇ ਖਾਤੇ 'ਚ ਪੈਸੇ ਸੀ ਸਾਰੇ ਕਢਾ ਲਏ, ਡਾਕਟਰ ਤੋਂ ਦਵਾਈ ਤਾਂ ਮੈਂ ਉਧਾਰ ਦੇ ਲਿਆਉਂਦੀ ਰਹੀ ਤੁਹਾਨੂੰ ਬਿਨਾਂ ਦੱਸੇ, ਤੇ ਉਹਨੇ ਵੀ ਜਵਾਬ ਦਿੱਤਾ, ਹੁਣ ਤਾਂ ਕੋਰੀ ਨਾ ਕਰਤੀ। ਚਲੋ ਮੇਰੀ ਗੱਲ ਸੁਣੋ, ਤੁਸੀਂ ਦਿਮਾਗ 'ਤੇ ਬਾਹਲਾ ਲੋੜ ਨਾ ਪਾਓ, ਮੈਂ ਇੱਕ ਦੋ ਘਰ 'ਤੇ ਪੁੱਛ ਲੈਣੀ ਆ, ਝਾੜੂ ਪੋਚਾ ਲਾਉਣ ਲੱਗ ਜਾਊਂਗੀ, ਹੋਰ ਕੀ ਕਰਾਂ ਮੈਂ। ਯਾਰ ਤੂੰ ਚੰਗੀ ਲੱਗੇ ਝਾੜੂ ਪੋਚਾ ਕਰਦੀ ਹੈ, ਤੁਹਾਡੀ ਸਿਹਤ ਦੇ ਉੱਤੇ ਤਾਂ ਨਹੀਂ ਕੁਛ, ਫਿਰ ਕੀ ਹੋ ਗਿਆ ਜੇ ਮੈਂ ਝਾੜੂ ਪੋਚਾ ਲਾ ਲੂੰਗੀ, ਬਸ ਤੁਸੀਂ ਸੈੱਟ ਹੋ ਜਾਓ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਪੁੱਛਦੀ ਆ ਮੈਂ, ਕਰਦੀ ਇੱਕ ਦੋ ਘਰ ਵਾਲੇ ਨਾਲ ਗੱਲ। ਚਲੋ ਦੇਖ ਲੈ ਜਿਵੇਂ ਤੇਰੀ ਮਰਜ਼ੀ ਆ। ਤੁਸੀਂ ਇੰਨੇ ਬਹੁਤ, ਤੁਹਾਡੇ ਲਈ ਮੈਂ ਚਾਹ ਬਣਾ ਕੇ ਲਿਆਉਣੀ ਆ। ਕੀ ਦਿਨ ਦੇਖਣੇ ਰੱਬਾ, ਇੱਧਰ ਤੂੰ ਮੈਨੂੰ ਚੱਕ ਲਾ, ਇਸ ਦਿਨ ਨਾ ਦਿਖਾਉਂਦਾ। ਕਿਹੋ ਜਿਹੀ ਮੁਸੀਬਤ ਪਾਤੀ ਰੱਬਾ ਸਾਡੇ ਤੇ, ਕਦੇ ਸੋਚਿਆ ਵੀ ਨਹੀਂ ਸੀ ਵੀ ਆਹ ਵੀ ਦਿਨ ਦੇਖਣੇ ਪੈਣਗੇ। ਅੱਛਾ, ਜਿੱਥੇ ਰੱਬ ਰੱਖੇ ਰਹਿਣਾ ਪੈਂਦਾ, ਕਰਦੀ ਆ ਗੱਲ। ਨਹੀਂ ਨਹੀਂ ਕੋਈ ਗੱਲ ਨੀ ਜੀ, ਮੈਂ ਤਾਂ ਕੰਮ ਆਈ ਸੀ ਇੱਕ ਤੁਹਾਡੇ ਕੋਲੇ। ਨਹੀਂ ਨਹੀਂ ਕੋਈ ਨੀ, ਮੈਂ ਤਾਂ ਠੀਕ ਹਾਂ ਜੀ, ਬਸ ਇੰਨੀ ਕੁ ਬੇਨਤੀ ਆ ਤੁਹਾਡੇ ਅੱਗੇ ਵੀ ਤੁਹਾਨੂੰ ਕੰਮ ਵਾਲੀ ਦੀ ਲੋੜ ਸੀ, ਜੇ ਤੁਸੀਂ ਚਾਹੋ ਤਾਂ ਮੈਂ ਤੁਹਾਡੇ ਘਰੇ ਕੰਮ ਕਰਨ ਆ ਜਾਵਾਂ। ਹਾਂ ਹਾਂ ਕੋਈ ਗੱਲ ਨਹੀਂ, ਮੈਂ ਤਾਂ ਜਿਹਦਾ ਭਾਲ ਦੇ ਫਤਿਆ ਬਕਾਇਆ ਜਨਾਂ ਦੀ। ਅੱਛਾ ਜੀ, ਹਾਂ ਮੈਨੂੰ ਨਾ ਕੰਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਇਸ ਟਾਈਮ, ਮੇਰੇ ਘਰ ਵਾਲਾ ਬਹੁਤ ਜ਼ਿਆਦਾ ਬਿਮਾਰ ਹੋਇਆ ਪਿਆਗਾ, ਤੇ ਉਹਦੀ ਦਵਾਈ ਬੂਟੀ ਲਈ ਮੇਰੇ ਕੋਲ ਇੱਕ ਵੀ ਪੈਸਾ ਨਹੀਂ ਹੈਗਾ, ਤੁਹਾਡੀ ਬਹੁਤ ਮਿਹਰਬਾਨੀ ਹੋਊਗੀ
जे तुसीं अपने घरे मैनूं कम्म ते रख लो। मेरे घर वाला बहुत बीमार आ ते उहदी दवाइयां बूटियां लई मैनूं पैसों दी जरूरत सीगी। वी जे तुसीं कहो तां मैं अज तों ही तुहाडे घरे कम्म करन लग जांदी। कोई गल नहीं, करो करो कम्म, आणे तां सानूं चाहीदी आ कम्म। पासे पैसों किसे दा पसंद नहीं करदी, कम्म वधिया करो, पैसे टक दी कोई गल नहीं, जिन्ने तुसीं कहोगे उतने भी वध दे देंगे, पर इह ढिल्ली मिठी रहिंदी तां हुंदा नहीं गा बस कम्म। कोई गल नहीं जी, तुसीं जमा फिक्र ना करो, कम्म दा तुहानूं किसे पासों कोई नहीं लांभा होगा। काम जो कहूंगी जिवें कहूंगी सारा करके जाऊंगी, पर मेरे घर वाले दी ना हालत बाली खराब आगी ते मेनू बहुत ज्यादा पैसे दी लोड आगी। पैसे सुनू किन्नी लोड, मैं अज ही दे दूंगा, एक महीने दे सुनू पहला दे दूंगा, ठीक है? बहुत बहुत मेहरबानी है। तुसी साडे नाल बन के चलोगे ते असीं वी थोडे नाल खड़े आ, कोई नहीं। कहंदे हुंदे आ हर एक वास्ते परमात्मा सहाई हुंदा, वैसे तां पर जिन्नी की सत्थों मदद होई असीं फिर भी थोडी करांगे, ठीक है जी? हां ना, लीड़ा कपड़ा अपनी मशीन आ कोले, ਲੀੜਾ ਕੱਪੜਾ ਜਿਹੜਾ ਪਹਿਲਾਂ ਇਹ ਧੋ ਦਿਓ, ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕੋਈ ਜਿਹੜਾ ਹੋਇਆ ਘਰ ਦਾ ਕੰਮ ਤੁਹਾਨੂੰ ਪਤਾ ਹੀ ਹੁੰਦਾ, ਉਹ ਆਪ ਹੀ ਤੁਸੀਂ ਕਰ ਦਿਓ, ਠੀਕ ਹੈ? ਠੀਕ ਹੈ ਜੀ। ਇਹਨਾਂ ਤੁਹਾਨੂੰ ਉਸ ਤੋਂ ਬਾਅਦ ਉੱਠ ਕੇ ਮਾੜਾ ਮੋਟੇ ਸਮਝਾ ਦੂ ਕੋਈ ਗੱਲ ਨਹੀਂ, ਠੀਕ ਹੈ ਜੀ? ਹਾਂ, ਕਿਹੜਾ ਲੀੜਾ ਕੱਪੜਾ ਧੋ ਲਓ ਤੁਸੀਂ? ਧੋ ਦੇ। ਹਾਂ ਆ ਲੈ, ਆਪਦੇ ਆਪ ਹੀ ਉਹ ਹੋ ਗਿਆ, ਕੁੜੀ ਵੀ ਮੈਨੂੰ ਚੰਗੀ ਲੱਗਦੀ ਹੈ। ਹਾਂ ਮੈਨੂੰ ਵੀ ਚੰਗੀ ਲੱਗਦੀ ਹੈ, ਕੰਮ ਵੀ ਦੇਖ ਰਹੀ ਹੈ। ਹੋਰ ਵਧੀਆ ਸਾਨੂੰ ਕਦੇ ਰਾਜ ਮਿਲ ਕੇ ਕਰਾਇਆ ਕਰ, ਕੋਈ ਗੱਲ ਨਹੀਂ, ਜੋ ਕੋਈ ਚੀਜ਼ ਦੀ ਲੋੜ ਹੁੰਦੀ ਤਾਂ ਵੀ ਦੇ ਦੇਗਾ, ਠੀਕ ਹੈ? ਤੂੰ ਆਪਦਾ ਆਰਾਮ ਕਰ ਲੈ, ਕੋਈ ਗੱਲ ਨਹੀਂ, ਤੂੰ ਕੱਪੜੇ ਧੋ ਲੈਣ ਦੇ, ਜਦੋਂ ਮੈਂ ਆਪੇ ਸਮਝਾ ਦੂੰ, ਠੀਕ ਹੈ? ਹਾਂ ਪੁੱਤਾ, ਤੈਨੂੰ ਮੈਂ ਕੰਮ ਸਮਝਾ ਦਿੰਦਾ, ਆਹ ਲੀੜੇ ਕੱਪੜੇ ਧੋਣ ਵਾਲੇ ਸਾਰੇ, ਇਹ ਇੱਕ ਤਾਂ ਇਹ ਧੋ ਦੇ, ਠੀਕ ਹੈ? ਦੂਜਾ ਤੈਨੂੰ ਮੈਂ ਦੱਸ ਦਿੰਦਾ, ਉੱਧਰ ਆ ਜਾ, ਫਿਰ ਉਹ ਤੋਂ ਬਾਅਦ ਸਾਰਾ ਕਰ ਲਈ, ਬਸ ਇੱਥੇ ਮਾੜਾ ਮੋਟਾ ਝਾੜੂ ਜਿਹਾ ਲਾ ਦੀ, ਆਹ ਤੈਨੂੰ ਰਸੋਈ ਦਾ ਕੰਮ ਸਮਝਾ ਦਿੰਦਾ ਗਾ। ਆ ਜਾਓ ਭਾਈ, ਆਹ ਦੇਖ ਆਹ ਸਿਲੰਡਰ ਆਪਣੇ ਇੱਕ ਅੰਦਰ ਪਿਆ, ਜੇ ਚਾਹ ਪਾਣੀ ਕਰਨੀ, ਜੇ ਰੋਟੀ ਟੋਕ ਵਾਲਾ ਬਾਹਰ ਆ ਗਿਆ, ਇਹਦੇ 'ਚ ਖੰਡਾ, ਇਹਦੇ 'ਚ ਵੀ ਖੰਡਾ, ਠੀਕ ਆ? ਆਹ ਆਪਣੀ ਚਾਹ ਪੱਤੀ ਪਈ ਆ, ਅਤੇ ਨੂਣ ਮਿਰਚ ਮਸਾਲਾ ਉਹ ਬਾਹਰ ਬਾਰੀ ਹੈਗੀ ਉਹਦੇ 'ਚ ਪਿਆ, ਠੀਕ ਆ? ਜਿਹੜੀ ਚੀਜ਼ ਦੀ ਲੋੜ ਆ ਇੱਥੇ, ਜੇ ਚਾਹ ਪਾਣੀ ਵੀ ਪੀਣਾ ਇੱਥੇ ਕਰਕੇ ਪੀ ਲੈ ਕਰੋ, ਠੀਕ ਹੈ? ਠੀਕ ਹੈ, ਜੇ ਦੁੱਧ ਦੀ ਲੋੜ ਹੁੰਦੀ ਆ ਫਰਿੱਜ ਪਿਆਜ਼ ਜੋ ਕਰ ਘਰ ਵਾਸਤੇ ਪਾ ਕੇ ਲੈ ਜਾ ਕਰੋ, ਕਿਉਂਕਿ ਬੰਦੇ ਨੂੰ ਦਵਾਈ ਦਵੂਈ ਲੈਣੀ ਪੈਂਦੀ ਹੈ, ਠੀਕ ਹੈ? ਬਸ ਆਹੀ ਕੰਮ ਆ ਆਪਣੇ, ਬਸ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਠੀਕ ਆ ਜੀ, ਠੀਕ ਹੈ। ਉੱਠ ਜਾਓ ਜੀ, ਦਵਾਈ ਲੈ ਕੇ ਆਈ ਹਾਂ ਤੁਹਾਡੇ ਲਈ, ਥੋੜਾ ਬਹੁਤ ਨਾ ਤੁਰ ਫਿਰ ਲਿਆ ਕਰੋ, ਤੁਸੀਂ ਸਾਰਾ ਦਿਨ ਨਾ ਪਿਆ ਕਰੋ ਮੰਜੇ 'ਚ। ਉਹ ਬੁਰਕੀਆਂ ਨਿਕਲਦੀਆਂ ਮੇਰੇ ਤੇ ਲੱਤਾਂ 'ਚ, ਇੱਥੇ ਖੜਾ ਤਾਂ ਹੋਇਆ ਨਹੀਂ ਜਾਂਦਾ ਬੈਠਾ। ਕੋਈ ਗੱਲ ਨਹੀਂ, ਹੁਣ ਤੁਸੀਂ ਟੈਨਸ਼ਨ ਨਾ ਲਓ, ਮੈਂ ਨਾ ਉਹਨਾਂ ਤੋਂ ਪਹਿਲਾਂ ਹੀ ਪੈਸੇ ਲੈ ਲਏ ਤੁਹਾਡੇ ਲਈ। ਪਹਿਲਾਂ ਪੈਸੇ ਲੈ ਲਏ? ਆਹ ਤਾਂ ਹੀ ਦਵਾਈ ਲੈ ਕੇ ਆਈ ਹਾਂ, ਜਿਨ੍ਹਾਂ ਦਾ ਮੈਂ ਕੰਮ ਕਰਨ ਜਾਂਦੀ ਹਾਂ। ਸਲਾਹ ਤਾਂ ਵਧੀਆ ਕੀਤਾ ਤੂੰ, ਦਵਾਈ ਲਿਆਂਦੀ ਮੇਰੀ, ਚੱਲ ਐਂ ਕਰ। ਹਾਂਜੀ, ਲਿਆ ਦਵਾਈ, ਲਿਆ ਦੇ ਪਾਣੀ, ਲਿਆ ਦਵਾਈ, ਲਿਆ ਲੈਣਾ। ਦਵਾਈ ਤਾਂ ਲਿਆਉਣੀ ਹੈ ਮੈਂ, ਅਤੇ ਨਾਲੇ ਤੁਹਾਡੇ ਟੈਸਟ ਹੋਣੇ ਨੇਗੇ ਹੁਣ ਦੁਬਾਰਾ। ਟੈਸਟ ਹੁਣ ਤਾਂ ਕੀਤੇ ਜੀ ਡਾਕਟਰ ਨੇ, ਹੁਣ ਮੈਨੂੰ ਕੀ ਪਤਾ ਜੀ, ਆਪਾਂ ਨੂੰ ਤਾਂ ਜਿਵੇਂ ਡਾਕਟਰ ਕਹੂਗਾ ਆਪਾਂ ਤਾਂ ਉਵੇਂ ਕਰਨਾ ਗਾ। ਨਾਲੇ ਨਾ ਡਾਕਟਰ ਨੇ ਇਹ ਵੀ ਕਿਹਾ ਸੀ ਕਿ ਦਿਮਾਗ 'ਤੇ ਬਾਹਲਾ ਲੋਡ ਨਾ ਲਿਆ ਕਰੋ, ਐਵੇਂ ਬੇਫਾਲਤੂ ਦੀ ਟੈਨਸ਼ਨ ਚੱਕੀ ਫਿਰਦੇ ਹੋ ਤੁਸੀਂ। ਚੱਲ ਨਹੀਂ ਲੈਂਦਾ ਟੈਨਸ਼ਨ ਮੈਂ। ਪ੍ਰਵੀਨ ਤੁਸੀਂ ਕਰ ਲਾ ਗੱਲ ਯਾਰ, ਮੇਰਾ ਤਾਂ ਸਿਰ ਦੁਖਣ ਲੱਗ ਗਿਆ। ਕੋਈ ਨਹੀਂ, ਤੁਸੀਂ ਪਾਓ, ਮੈਂ ਜਾਨੀ ਬਾਹਰ। ਆ ਗਈ ਭੈਣੇ? ਨਹੀਂ, ਆ ਜਾ ਭੈਣੇ। ਆ ਗਈ, ਕਿਵੇਂ ਆ? ਬਸ ਠੀਕ ਆ, ਤੂੰ ਦੱਸ ਕਿਵੇਂ ਆ? ਨਹੀਂ ਮੈਂ ਸੁਣਿਆ ਤੂੰ ਕੰਮ ਤੇ ਲੱਗ ਗਈ। ਹਾਂ ਭੈਣੇ, ਕੰਮ ਤੇ ਲੱਗ ਗਈ। ਕਿੰਨਾ ਤੇ ਲੱਗੀ ਆ? ਚਰਨੇ ਕੀ ਲੱਗੀ ਆ, ਫਿਰ ਹੋਰ ਕਰਾਂ ਵੀ ਕੀ, ਦਵਾਈ ਬੂਟੀ ਨੂੰ ਤਾਂ ਨਹੀਂ ਕੋਈ ਪੈਸਾ ਸੀ, ਉੱਧਰੋਂ ਇਹ ਇਹਨਾਂ ਦੀ ਇੰਨੀ ਸਿਹਤ ਖਰਾਬ ਹੋ ਰਹੀ ਸੀ, ਤੈਨੂੰ ਵੀ ਪਤਾ ਭੈਣੇ
रोज रोज कि हाथ अड़ीए मंग मां रोज रोज कोई दिंदा भी नहीं। रिश्तेदार तो पहला साथ छड़ जांदे नेगे तेनू पता ही आ। कोई नहीं तू बाली टेंशन ना ले पैजूगा फर्क हौली हौली। एकदम बेचारे ते काम दा लोड ज्यादा पता सी उन्होंने ता करके बीमार हो गया। मनप्रीत पहने टेंशन तो मुलो मल्ली पैंदी आ जदों घर दा सारा खर्चा यही चलाउंदे सी ते यही मंजे ते पै जाण तेनू पता ही है किन्ना औखा हुंदा। ये तो है टेंशन तो हुंदी आ चल जे तेनू किसी चीज वास्ते दी लोड हुंदी आ तो साढ़े घरों ले आया कर। इन्ना ही काफी है बने तेने मैनू कहता आ रिश्तेदार देख ला कोई फोन भी नहीं चकदा है पहला तो सारे कह देंगे असी नाल आ नाल आ। रिश्तेदार तो सब पैसे दे यार आ अजकल जिहदे कोले पैसा उसे नाल ही रिश्तेदारी आ। औखे टाइम च प्रीत कोई नहीं खड़दा नाल मैं तो देख लिया रब ने पता नहीं क्यों इहो जी घड़ी साढ़े ते लिया थी। चल कोई नहीं औख सौख तो आउंदी रहिंदी आ नाले तू जिन्हां दे हुण लगी आ ना वह बंदे बहुत वधिया उन्हां दे लगी रही काम ते। हाँ नाले तेरे घर दा काम सार देणगे मिस्त्री लगे पए आ। ना भैने हुण कित्थे मिस्त्री टाइम तो आपदा कढ़ना औखा हो रहा। चल कोई नहीं तू उन्हां दे लगी आ ना उन्हां नूं कह दी भी साडे घर दा काम भी अद्ध विचाले छुट गया करवा देणगे वह सारा काम आपी। कर दियां गल मैं मैनूं तां इह आ भी फिलहाल अज दी घड़ी ठीक हो जाण होर भैने कुछ नहीं चाहिए। हो जू ये भी ठीक की करने ने घर बार सब इत्थे दे इत्थे रह जांदे ने। बथेरा कहिंदी सी मैं इन्हां नूं उदों भी ना जाओ काम ते ना जाओ पर ए इन्हां ने तां मेरी इक नहीं सुनी हैगी हुण पै गए मंजे च। बंदे नूं तां टेंशनां हुंदियां ही आ सौ कबीलदारियां सी उहदे सिर ते उह काम किवें छड्ड के बैठ जांदा चल हुण भी उहदी मजबूरी आ। चल कोई गल नहीं चाह पीएंगी चाह बना दा दो घंटा। ना ना बस लियाती उहनूं दवाई दवूई। दवाई तां लियाती डॉक्टर भी जवाब दे गया सी अके पहला पिछला हिसाब क्लीयर करके जाओ फिर दवाई दऊंगा। मैनू पता भैने जां मेरे रब नूं पता किन्ने औखे दिन कट्टे ने। चल जी अज औख आ कल नूं सौख भी आऊगी। तैनूं पता है मनप्रीत जदों घरे बंदा बीमार होवे फिर तां रोटी पानी भी नहीं चंगा लगदा। ये तां है चल ठीक आ मैं तां चलदी आ। कोई नहीं तू रोटी पानी बनाया करो आपदा नाले उहनूं भी खवाया कर टाइम सिर फिर ही सही होगा जल्दी। ठीक है भैने मैं भी दवाई दिंदी सी उन्हां नूं भुल गई तेरे नाल गल्लां लग गई करन। चल दे ला दवाई। प्रवीण नहीं प्रवीण आया मनप्रीत पता नहीं किथे आ किवें आ बेचन्नी हुण तां ठीक आ। फर्क आ हुण तैनूं? हां बहुत फर्क आ। अच्छा प्रवीण किथे आ दिसदी नहीं? ओह कम्म ते गई हुई है। अच्छा कम ते गई आ है ठीक आ। ਹੋਰ ਵਧੀਆ ਤੂੰ ਸੁਣਾ ਤੇ ਜਮਾ ਸਹੀ ਆ ਹੁਣ ਹਨਾ। ਹਾਂ ਬਸ ਹੁਣ ਜਾ ਬੇ ਅਗਰ ਫਿਰ ਕੰਮ ਕੁੰਮ ਤੇ ਤੋ ਵੀ ਬਸ 80% ਫਰਕ ਪੈ ਗਿਆ 20 ਰਹਿ ਗਿਆ ਉਹ ਕਹਿੰਦਾ 10 ਕੁ ਦਿਨਾਂ ਚ ਹੋ ਜਾਣਾ ਸੈੱਟ ਤੋਂ। ਅੱਛਾ ਚੱਲ ਜਿੱਥੇ ਮਹੀਨਾ ਹੋ ਗਿਆ ਉੱਥੇ 2 ਦਿਨ ਹੋਰ ਸਹੀ ਹਨਾ। ਹਾਂ ਠੀਕ ਆ। ਕਿਵੇਂ ਸੀ ਕੰਮ ਸੀ? ਮੈਂ ਤਾਂ ਉਹੀ ਆਈ ਸੀ ਉਹਦੇ ਕੋਲੇ ਗੇੜਾ ਕੱਢਣ। ਗੇੜਾ ਕੱਢਣ? ਹਾਂ ਕੋਈ ਕੰਮ ਦੱਸ ਦੇ ਮੈਨੂੰ ਦੱਸ ਦੇ ਕੋਈ ਕੰਮ ਤਾਂ ਮੈਨੂੰ ਕੀ ਹੋਣਾ ਮੈਂ ਤਾਂ ਉਹੀ ਬਸ ਚੱਲ ਨਾਲ ਤੇਰਾ ਪਤਾ ਲੈਣ ਆਈ ਸੀਗੀ ਵੀ ਠੀਕ ਹੋ ਗਿਆ ਕਿ ਨਹੀਂ। ਨਹੀਂ ਮੈਂ ਤਾਂ ਠੀਕ ਹਾਂ। ਚਾਹ ਬਣਾ ਲੈਣਾ? ਨਾ ਨਾ ਬਸ। ਅੱਛਾ ਤੁਹਾਡੇ ਮਿਸਤਰੀਆਂ ਮਸਤਰੀਆਂ ਦਾ ਕੰਮ ਕਰ ਕਿਵੇਂ ਆ ਤੁਹਾਡਾ ਉਧਰ ਨਾ? ਹਾਂ ਉਹ ਤੇ ਪਲਾਸਟਰ ਵੀ ਕਰਾ ਲਿਆ ਸੀਗੀ ਕਿ ਨਹੀਂ ਮੈਂ ਮਿਸਤਰੀ ਲਾ ਲਿਆ ਫਿਰ। ਹਾਂ ਪਲਾਸਟਰ ਵੀ ਕਰ ਲਿਆ ਫਿਟਿੰਗ ਕਰ ਲਿਆ ਬਸ ਹੁਣ ਜਾਵਾਂ 10-15 ਦਿਨਾਂ ਤੱਕ ਉਧਰ। ਅੱਛਾ ਵੇ ਮੇਰੀ ਉਂ ਤੂੰ ਗੱਲ ਜੀ ਸੁਣ ਜਦੋਂ ਤੂੰ ਕਮਾਉਂਦਾ ਸੀ ਬੰਦੇ ਦੀ ਕਮਾਈ ਨਾਲ ਤਾਂ ਇੰਨਾ ਕੁਛ ਹੋਇਆ ਨਹੀਂ ਤੇ ਉਹ ਬੁੜੀ ਦੀ ਕਮਾਈ ਨਾਲ ਇੰਨਾ ਕੁਛ ਕਿਵੇਂ ਹੋ ਗਿਆ? ਇਹ ਤਾਂ ਰੱਬ ਜਾਣਦਾ ਹੁਣ। ਰੱਬ ਤਾਂ ਕੀ ਜਾਣਦਾ ਫਿਰ ਤੈਨੂੰ ਵੀ ਹੁਣ ਵਿਚਾਰੇ ਨੂੰ ਮੰਜੇ ਤੇ ਪਏ ਨੂੰ ਹਨਾ ਕੀ ਪਤਾ ਲੱਗਦਾ ਵੀ ਉਹ ਕੀ ਕਰਦੀ ਆ ਕਿ ਨਹੀਂ। ਹੁਣ ਕੋਈ ਕਿਹੜਾ ਉਹਦੇ ਮਗਰ ਮਗਰ ਤੁਰਿਆ ਫਿਰਦਾ। ਨਹੀਂ ਨਹੀਂ ਮੈਂ ਤਾਂ ਹੀ ਕਹਿੰਦੀ ਸੀ ਮੈਂ ਚਰਨੇ ਕੇ ਕੰਮ ਤੇ ਲੱਗੀ ਆ। ਨਹੀਂ ਚਰਨਾ ਬੰਦਾ ਠੀਕ ਆ ਤੇ ਚਰਨੇ ਕੇ ਕੀ ਵਿਰਲੇ ਨਾਲ ਪਿੱਠ ਲੱਗਦੀ ਆ ਵੀ ਉਹ ਇੰਨੇ ਪੈਸੇ ਸਿੱਟੀ ਜਾਂਦੇ ਇਹਨੂੰ। ਗੌਰ ਕਰ ਤੂੰ ਮਾੜੀ ਮੋਟੀ ਮੇਰੀ ਗੱਲ ਤੇ। ਠੀਕ ਹੈ ਤੇਰੀ ਗੱਲ ਵੇ ਇੱਕ ਤਾਂ ਹੁੰਦਾ ਇੱਕ ਬੁੜੀ ਵਿਚਾਰੀ ਸੁਬਾਹ ਤੋਂ ਜਾਂਦੀ ਆ ਸ਼ਾਮ ਤੀਕਰ ਕੰਮ ਕਰਦੀ ਆ ਹਨਾ ਹੁਣ ਵੀ ਲੋਕੀ ਕਿੰਨੇ ਕਿੰਨੇ ਘੱਟ ਪੈਸੇ ਦਿੰਦੇ ਆ। ਇਹ ਸੁਬਾਹ ਜਾਂਦੀ ਆ 9:30-10 ਵਜੇ ਜਾਂਦੀ ਆ ਤੇ 12 ਵਜੇ ਨੂੰ ਇਹ ਘਰੇ ਹੁੰਦੀ ਆ 3 ਘੰਟਿਆਂ ਚ ਇਹਨੂੰ ਇੰਨੇ ਪੈਸੇ ਕਿੱਥੇ ਕੌਣ ਦਿੰਦਾ ਗਾ। ਹਾਂ ਤੇਰੀ ਗੱਲ ਵੀ ਸਹੀ ਹੈ ਗੱਲ ਤੇਰੀ ਸਹੀ ਹੈ ਚਲੋ ਪੁੱਛਦਾ ਮੈਂ ਕੀ ਕੰਮ ਕਰਦਾ ਸਾਰਾ ਆਂਢ ਗੱਲਾਂ ਕਰਦਾ ਅਖੇ ਬੰਦਾ ਮੰਚੇ ਤੇ ਪਿਆ ਤੇ ਬੁੜੀ ਦੀ ਕਮਾਈ ਨਾਲ ਘਰ ਵੀ ਬਣ ਗਿਆ ਸਾਰਾ ਕੁਛ ਹੀ ਹੋ ਗਿਆ।
ਇਹ ਗੱਲ ਤਾਂ ਮੈਂ ਵੀ ਸੋਚਦਾ ਸੀ ਨਾਲੇ ਕੰਮ ਕਿਹੜਾ ਕੋਈ ਸਾਲ ਦੋ ਸਾਲਾਂ ਦੀ ਪਹਿਲਾਂ ਦੀ ਲਾਈ ਆ ਤੂੰ ਆ ਹੁਣ 3 ਮਹੀਨੇ ਹੋਏ ਕੰਮ ਕਰਦੀ ਨੂੰ ਇਹਨੂੰ ਸਾਰੇ ਚੱਲ ਕੋਈ ਨਾ ਮਨਪ੍ਰੀਤ ਪੁੱਛੂਗਾ ਮੈਂ ਵੀ ਕੀ ਕੰਮ ਕਰਦੀਆਂ ਇਹ ਜੀ ਮੇਰੀ ਤਨਖਾਹ ਨਾਲ ਤੇ ਘਰ ਵੀ ਨਹੀਂ ਹੋਏ ਪਲਸਤਰ ਵੀ ਨਹੀਂ ਹੋਏ ਮਸਾ ਖੜਾ ਮਸਾ ਹੋਇਆ ਸੀ ਘਰ ਹਾਂ ਤੇਰੀ ਗੱਲ ਸਹੀ ਚਲ ਆਉਣ ਦੇ ਪੁੱਛੂਗਾ ਮੈਂ ਤੇਰੀ ਤਨਖਾਹ ਨਾਲ ਇੱਕ ਪਾਸਾ ਹੀ ਤੁਰਦਾ ਸੀਗਾ ਜਾਂ ਤਾਂ ਤੂੰ ਇਧਰਲੇ ਘਰ ਦਾ ਰਾਸ਼ਨ ਲਿਆਂਦਾ ਸੀ ਜਾਂ ਤਾਂ ਉਧਰ ਮਿਸਤਰੀਆਂ ਨੂੰ ਵੰਡਦਾ ਸੀ ਹੈ ਉਧਰਲਾ ਕੰਮ ਸਾਰਦਾ ਸੀ ਇਹਦੀ ਤਨਖਾਹ ਨਾਲ ਦੋ ਦੋ ਪਾਸੇ ਪੂਰੇ ਹੋ ਗਏ ਲੈ ਦੱਸ ਤੇਰੀ ਗੱਲ ਸਹੀ ਹੈ ਮੈਨੂੰ ਤਾਂ ਲੱਗਦਾ ਕੋਈ ਗੜਬੜ ਹੈ ਚੱਲ ਕੋਈ ਨਾ ਆਉਣ ਤੇ ਚੰਗਾ ਤੂੰ ਪੁੱਛੂ ਧਿਆਨ ਰੱਖੀ ਦਵਾਈ ਦਵਾਈ ਲਈ ਚੱਲ ਟਾਈਮ ਨਾਲ ਹਾਂ ਨਾ ਕੋਈ ਨਾ ਲੈਣਾ ਦਵਾਈ ਆ ਚਾਹ ਬਣਾ ਲੈਂਦੇ ਨਾ ਨਾ ਬਸ ਚੰਗਾ ਚੱਲਦੀ ਆ ਮੈਂ ਤਾਂ ਔਰ ਨਵੀਂ ਟੈਨਸ਼ਨ ਫੜੀ ਹੋ ਗਈ ਆ ਦਿਮਾਗ ਤੇ 3 ਘੰਟੇ ਕੋਈ ਜ਼ਿਆਦਾ ਪੜ੍ਹੀ ਲਿਖੀ ਵੀ ਨਹੀਂ ਝਾੜੂ ਪੋਚੇ ਕਰਦੀ ਇਕੱਲੀ ਮੈਨੂੰ ਤਾਂ ਲੱਗਦਾ ਕੋਈ ਨਹੀਂ ਨਹੀਂ ਹੈ ਜੀ ਨਹੀਂ ਪ੍ਰਵੀਨ ਮਨਪ੍ਰੀਤ ਵੀ ਸਹੀ ਹੈ ਨਹੀਂ ਨਹੀਂ ਮਨਪ੍ਰੀਤ ਤੂੰ ਹੀ ਆ ਪ੍ਰਵੀਨ ਸਹੀ ਆ ਚੱਲ ਪੁੱਛ ਹੀ ਲੈਂਦਾ ਮੈਂ ਪੁੱਛਾਂ ਆਉਣ ਤੇ ਪੁੱਛੂੰਗਾ ਮੈਂ ਕੀ ਗੱਲ ਹੈ ਚਲ ਅੱਜ ਤਾਂ ਮੈਂ ਸੰਦੇਹਾਂ ਬਿੱਲੀ ਹੋ ਗਈ ਵਾਹ ਤੂੰ ਆ ਵੀ ਗਈ ਕੁੜੇ ਕੰਮ ਕਰਕੇ ਇੰਨੀ ਜਲਦੀ ਨਹੀਂ ਹਾਂ ਭੈਣੇ ਆ ਗਈ ਥੋੜਾ ਜਿਹਾ ਤਾਂ ਕੰਮ ਹੁੰਦਾ ਗਾ ਮੈਂ ਤਾਂ ਮਿੰਟ ਲਾਉਣੇ ਕੰਮ ਨਵੇਂ ਨੂੰ ਪਰ ਫਿਰ ਵੀ 3 ਘੰਟੇ ਤਾਂ ਲੱਗ ਹੀ ਜਾਂਦੇ ਨੇ ਕੰਮ ਨਹੀਂ ਮੈਂ ਇਧਰੋਂ ਆਈ ਸੀ ਇਹ ਤੁਹਾਡਾ ਘਰ ਦੇਖ ਕੇ ਆਈ ਉਹ ਜਿਹੜਾ ਨਵਾਂ ਬਣੀ ਆਉਂਦਾ ਸੀ ਕੁੜਾ ਪਲਸਤਰ ਪਲੁਸਤਰ ਬੜਾ ਸੋਹਣਾ ਲੱਗਦਾ ਉਹਦਾ ਕੀਤਾ ਵਾ ਅੰਕਲ ਹੋਰਾਂ ਨੇ ਪੈਸੇ ਦਿੱਤੇ ਸੀ ਮੈਨੂੰ ਇਕੱਠੇ ਅੱਛਾ ਅੱਛਾ ਤਾਂ ਕਰਕੇ ਭੈਣ ਕੰਮ ਕਰਾ ਲਿਆ ਚੱਲ ਵਧੀਆ ਕੀਤਾ ਮੈਂ ਤੂੰ ਮੈਂ ਤਾਂ ਉਧਰ ਕੱਪੜੇ ਫੜਨ ਚੱਲੀ ਸੀ ਆਪਦੇ ਜਿਹੜਾ ਘਰੇ 2 ਹੀ ਸੂਟ ਆ ਪਾਉਣ ਨੂੰ ਆ ਧੋ ਲੈਣੀ ਆ ਪਾ ਲੈਣੀ ਆ ਧੋ ਲੈਣੀ ਪਾ ਲੈਣੀ ਆ ਨਹੀਂ ਭੈਣੇ ਕੱਲ ਨੂੰ ਛੇੜੇ ਛੇੜਦੀਆਂ ਇੱਧਰ ਵੀ ਮੇਰੇ ਕੋਲੇ ਆਹੀ ਸੂਟ ਆ ਨਾਲੇ ਤੈਨੂੰ ਪਤਾ ਘਰੇ ਬੰਦਾ ਤਾਂ ਮੇਰਾ ਬਿਮਾਰ ਪਿਆ ਆ ਰੋਜ਼ ਰੋਜ਼ ਕੱਪੜਾ ਲੀੜਾ ਵੀ ਨਹੀਂ ਪਾਉਂਦੀ ਚੰਗੀ ਲੱਗਦੀ ਨਾਲ ਤੈਨੂੰ ਤਾਂ ਪਤਾ ਹੀ ਆਪਣੀਆਂ ਗਵਾਂਢਣਾਂ ਦਾ 100 ਜੋੜ ਜੋੜ ਮੂੰਹ ਗੱਲਾਂ ਕਰਦੀਆਂ ਨੇ ਲੈ ਕੱਪੜਾ ਲੀੜਾ ਤਾਂ ਫਿਰ ਹੁਣ ਪਾਉਣਾ ਹੀ ਆ ਆ ਪੁਰਾਣੇ ਸਰਾਣੇ ਥੋੜੀ ਪਾ ਕੇ ਤੁਰੇ ਫਿਰਨਾ ਮੈਂ ਤਾਂ ਆਪ ਕਿੱਦੇ ਦੇ ਬਣਾ ਕੇ ਸਿਉਣੇ ਦਿੱਤੇ ਉਹਨੂੰ ਸਿਉਂਤੇ ਨਹੀਂ ਹਜੇ ਤੱਕ ਉਹਨੇ ਉਹੀ ਪੁੱਛਣ ਚੱਲੀ ਅੱਜ ਮਨਪ੍ਰੀਤ ਤੇਰੀ ਗੱਲ ਤਾਂ ਹੋਰ ਆ ਤੇ ਮੈਂ ਤਾਂ ਅਗਲੇ ਦੇ ਘਰੇ ਝਾੜੂ ਪੋਚਾ ਲਾਉਣ ਜਾਂਦੀ ਆ ਉੱਥੇ ਟੌਰਸ਼ ਕਿੰਨੀ ਲਾਉਂਦੀ ਵੀ ਨਹੀਂ ਚੰਗੀ ਲੱਗਦੀ ਨੀ ਲੈ ਦੱਸ ਟੌਰਸ਼ ਕਿੰਨੀ ਨੂੰ ਇਹਦੇ ਚ ਕੀ ਆ ਹੁਣ ਕੱਪੜਾ ਤਾਂ ਹਰ ਕੋਈ ਪਾਉਂਦਾ ਗਰੀਬ ਹੋਵੇ ਅਮੀਰ ਹੋਵੇ ਕੱਪੜੇ ਤਾਂ ਪਾਉਣੇ ਹੀ ਆ ਹਰ ਇੱਕ ਦੀ ਸੋਚ ਇੱਕੋ ਨਾਲ ਦੀ ਨਹੀਂ ਹੁੰਦੀ ਤੈਨੂੰ ਪਤਾ ਹੀ ਆ ਨਾਲੇ ਚੱਲ ਚੰਗਾ ਮੈਂ ਜਾਣੀ ਆ ਉਹਨਾਂ ਨੂੰ ਜਾ ਕੇ ਮੈਂ ਦਵਾਈ ਬੁੱਟੀ ਵੀ ਦੇਣੀ ਚੰਗਾ ਚੰਗਾ ਮੈਂ ਵੀ ਉਹਦਾ ਸ਼ਾਮ ਨੂੰ ਪਤਾ ਲੈਣ ਜਾਊਂਗੀ ਤੂੰ ਸ਼ਾਮ ਨੂੰ ਵੀ ਜਾਣੀ ਇਹਨਾਂ ਦੀ ਰੋਟੀ ਰੋਟੀ ਬਣਾਉਣ ਜਾਣਾ ਹੀ ਪੈਂਦਾ ਭੈਣੇ 3 ਟਾਈਮ ਜਾਣੀ ਅੱਛਾ ਚੱਲ ਚੰਨੀ ਨਾਲ ਤਾਂ ਮੇਰੀ ਵੈਸੇ ਗੱਲ ਹੀ ਨਹੀਂ ਹੋਈ ਵਿਚਾਰੇ ਨਾਲ ਉਹ ਪਤਾ ਤਾਂ ਲੈ ਕੇ ਆਉਂਗੀ ਉਹਦਾ ਮੈਂ ਠੀਕ ਹੈ ਭੈਣੇ ਚੰਗਾ ਚੰਗਾ ਕਿਵੇਂ ਠੀਕ ਹੋ ਤੁਸੀਂ ਮੈਂ ਤਾਂ ਠੀਕ ਹਾਂ ਤੂੰ ਨਹੀਂ ਠੀਕ ਕਿਉਂ ਮੈਨੂੰ ਕੀ ਹੋਇਆ ਵੀ ਇਹ ਜਿਹਾ ਕਿਹੜਾ ਕੰਮ ਕਰਦੇ 3 ਘੰਟਿਆਂ ਚ ਲਓ ਜੀ ਘਰ ਦਾ ਝਾੜੂ ਪੋਚਾ ਉਹਨਾਂ ਦਾ ਕੱਪੜੇ ਲੀੜੇ ਹੁੰਦੇ ਨੇ ਭਾਂਡਾ ਠੀਕਰ ਹੁੰਦਾ ਤੇ ਉਹੀ ਕੰਮ ਕਰਨ ਆਉਂ ਜਾਨੀ ਆ ਮੈਂ ਕਿਉਂ ਕੀ ਹੋਇਆ ਗੱਲ ਸੁਣ ਲੈ ਮੈਨੂੰ ਸਾਰੀ ਉਮਰ ਉਹੀ ਕੰਮ ਕਰਦੇ ਨੂੰ ਮੈਂ ਤਾਂ ਅਜੇ ਕੁਛ ਵੀ ਨਹੀਂ ਕੀਤਾ ਕੱਲਾ ਮੈਂ ਘਰ ਹੀ ਪਾਇਆ ਤੂੰ ਦੇਖ ਲੈ 3 ਮਹੀਨੇ ਹੋਏ ਆ 3 ਘੰਟੇ ਕੰਮ ਕਰਦੀ ਆ ਇਹੋ ਜਿਹਾ ਕਿਹੜਾ ਕੰਮ ਆ ਵੀ ਪਲਾਸਟਰ ਵੀ ਕਰਾ ਲਿਆ ਫੀਟਿੰਗ ਵੀ ਕਰਾ ਲਈ ਮੈਨੂੰ ਸਮਝ ਨਹੀਂ ਆ ਰਹੀ ਕੀ ਕੰਮ ਕਰਦੀ ਆ ਤੂੰ ਐ ਦੱਸ ਪਹਿਲਾਂ ਮੈਨੂੰ ਤੁਸੀਂ ਬੋਲ ਕਿੱਥੇ ਰਹੇ ਹੋ ਤੁਹਾਨੂੰ ਪਤਾ ਵੀ ਆ ਜੋ ਮਨ ਚ ਆ ਰਿਹਾ ਬੋਲੀ ਜਾ ਰਹੇ ਹੋ ਉਹ ਤੈਨੂੰ ਮੈਂ ਐ ਪੁੱਛਿਆ 3 ਘੰਟੇ ਜਿਹਾ ਇਹੋ ਕਿਹੜਾ ਕੰਮ ਆ ਤੇ ਇੰਨੇ ਪੈਸੇ ਮਿਲ ਜਾਂਦੇ ਆ ਕਿਹੜਾ ਕੰਮ ਕਰਦੀ ਆ ਮੈਨੂੰ ਵੀ ਦੱਸ ਦੇ ਮੈਂ ਵੀ ਕਰ ਲਿਆ ਕਰਾਂ ਅੱਛਾ ਝਾੜੂ ਪੋਚਾ ਲਾ ਲਓਗੇ ਤੁਸੀਂ ਲੋਕਾਂ ਦੇ ਘਰੇ ਮੈਂ ਤਾਂ ਚੱਲ ਜਿਹੜਾ ਕਰਦੀ ਆ ਕਰਦੀ ਆ ਹੈ ਉਹ ਝਾੜੂ ਪੋਚੇ ਵਾਲੇ 2-3 ਹਜ਼ਾਰ ਰੁਪਏ ਦਿੰਦੇ ਇੰਨੇ ਇੰਨੇ ਰੁਪਏ ਕੌਣ ਦਿੰਦਾ ਤੁਸੀਂ ਬੋਲ ਕੀ ਰਹੇ ਹੋ ਤੁਹਾਨੂੰ ਪਤਾ ਵੀ ਲੱਗ ਰਿਹਾ ਤੁਸੀਂ ਕਹਿਣਾ ਕੀ ਚਾਹੁੰਦੇ ਮੈਨੂੰ ਸਾਫ਼ ਸਾਫ਼ ਦੱਸ ਦਿਓ ਚਲੋ ਉਹ ਮੈਂ ਤਾਂ ਐ ਪੁੱਛਣਾ ਚਾਹੁੰਦਾ ਵੀ ਇੰਨੇ ਪੈਸੇ ਦਿੰਦਾ ਕੌਣ ਕੀ ਕੰਮ ਕਰਦੀ ਆ ਯਾ ਤੂੰ ਜਿਵੇਂ ਤੁਹਾਨੂੰ ਤਾਂ ਜਮੀ ਨਹੀਂ ਪਤਾ ਝਾੜੂ ਪੋਚਾ ਲਾਉਣ ਜਾਨੀ ਆ ਨਾਲੇ ਝਾੜੂ ਪੋਚਾ ਲਾਉਣਾ ਸੌਖਾ ਨਹੀਂ ਅਗੜਾ ਮਾੜੇ ਮਾੜੇ ਨੁਕਸ ਕੱਢਦਾ ਰਹਿੰਦਾ ਇੱਥੋਂ ਨਹੀਂ ਚੱਜ ਨਾਲ ਝਾੜੂ ਲਾਇਆ ਇੱਥੋਂ ਨਹੀਂ ਚੱਜ ਨਾਲ ਆ ਕਰਿਆ ਹੈਗਾ ਪਤਾ ਕਿੰਨੇ ਔਖੇ ਔਖੇ ਕੰਮ ਕਰਨਾ ਪੈਂਦਾਗਾ ਤੁਸੀਂ ਤਾਂ ਮਿੰਟ ਲਾਉਣੇ ਹੋ ਬੋਲਣ ਨੂੰ ਤੂੰ ਮੈਨੂੰ ਗੱਲਾਂ 'ਚ ਨਹੀਂ ਆਉਣ ਦਿੰਦੀ ਇਸ ਗੱਲਾਂ ਦੀ ਕੀ ਗੱਲ ਆ ਜਿਹੜੀ ਗੱਲ ਸੱਚ ਆ ਸੱਚ ਆ ਜਾ ਕੇ ਦੇਖੋ ਕੰਮ ਕਰਨਾ ਸੌਖਾ ਨਹੀਂ ਹੈਗਾ ਲੋਕਾਂ ਦੇ ਘਰਾਂ 'ਚ ਜਨਾਨੀਆਂ 100-100 ਨੁਕਸ ਕੱਢਦੀਆਂ ਨੇਗੀਆਂ ਚੱਲ ਕੋਈ ਗੱਲ ਨਹੀਂ ਕਰ ਲੈ ਕੰਮ ਚਾਹ ਬਣਾ ਦੇ ਮੈਨੂੰ ਪਤਾ ਤਾਂ ਲਾਉਣਾ ਪਊ ਮੈਨੂੰ ਵੀ ਇਹ ਜਿਹਾ ਕਿਹੜਾ ਕੰਮ 3 ਘੰਟੇ ਇੰਨੇ ਪੈਸੇ ਕੋਈ ਗੜਬੜ
पैर ते पानी नहीं पैन दिंदी। लै कहीं तू झाड़ू पोछा करेंगा? कोई गल नहीं, पता तो लाऊंगा, कल नूं देखदा कित्थे जांदी। हेलो जी, चाह पी लो। परवीन प्रगट सिंह बैठो। ठीक है भाई, तुहानू ना मालक ने बुलाया गा, उन्होंने कहा भी हुण नहीं सरदा गा, तुसी छेती तो छेती आ जाओ। अच्छा हाँ, तुसी चलो मैं आनी है, जरूरी एमरजेंसी है कि मालक ने ताही मेनू आपने भेजा गा भी उन्हें छेती बुला ला। चाह पी लेंदे भाई तुसी? नहीं नहीं, चाह ता बस मैं ताही तुहानू दसन लई आया सी, तुसी छेती आ जाओ। तुसी चलो मैं आनी है। रख दे, कोई ना पी लेना। पी लो ना गरम। कोई ना पी लूंगा, तेन कहता एक बारी। ते फिर खिजदे क्यों होंगे दसो? ओ पर गरम है, ठंडी हो जान दे, मैं पी लूंगा। तू बाज, मालिक ने बुलाया तेन, बाज। ठीक है जी, दवाई ले लियो ध्यान नाल। कोई ना ले लूंगा मैं। मैं जानी हूं जे की काम पे गया। कोई गल नहीं, पता ला के हटूंगा। जांदी किथे? मालिक ने, तू मालिक दा सरदा नहीं, इन्नी एमरजेंसी की है? कोई गल पता नहीं की हो गया है जा, पर कोई गल नहीं। आ जा प्रवीण, छेती बैठ जा, पहले ही बहुत लेट करता तू। ता मोटरसैकल, मोटरसैकल चक्कर ते बंदे ना चढ़ गए। गल मेरी सही है मनप्रीत, कोई गलत काम करती है? नहीं नहीं, अज पता ला के हटूंगा, मोटरसैकल लिया चक के मैं। हाँ जी, मेरी गल सुनो, इन्हां दी हालत ज्यादा सीरियस होई जाती है, डॉक्टर साहब आए बैठे ने, तुसी जल्दी बुलाओ जिन्हां ने किडनी डोनेट करनी है। तुहाडा नाम गुरचरण सिंह जी ना? हाँ जी हाँ जी। पेशेंट बहुत सीरियस है, प्लीज जल्दी बुलाओ, फोन करो उन्होंने, डॉक्टर भी वेट कर रहे हैं। आज मुंडा लाने कदे मिनट च आ जंदे जी। तुसी कॉल कर लो एक बार ना, डॉक्टर फिर परेशान होए बैठे ने कि कहंदे जल्दी लेके आओ। ठीक है जी, ठीक, धन्यवाद थोड़ा। आउंदे जी बस, ओ कदा मिनट, 5-4 मिनट च आ जंदे जी बस। अंकल 5-4 मिनट ता बहुत ज्यादा ने गे। सस्ती गल डॉक्टर, सस्ती गल जी, वधिया। ए कौन ने इन्ना दी आहो करना जी? आपा इन्नो नहीं बुलाया गा, तुसी इन्ना लेट हो गए, पेशेंट दी हाल देखो कितनी सीरियस आ। हां जी मैं माफी चाहनी आ, मैं जो तुसी करना तुसी करो, चलो फिर अंदर चलो जल्दी, डॉक्टर साहब वेट कर रहे हैं। हां जी ले जो, ले जो, तुसी तैयारी करो जी। ठीक है जी, ठीक है। चलो, ये परमात्मा बोझ के, ये वाहेगुरु तेरी रखण दे, हम तां तेरी भरोसा दा तेरा सब कुछ ठीक कर दे वाहेगुरु, दा डर लगी जांदा जिन्ना सारा कुछ सेट करनी हुंदी ना। हां जी बस, दो मिनट च अंदर तैयारी चल रही है कि ऑपरेशन थिएटर च, अब असीं लेके जाने फिर। ठीक है धन्यवाद जी छोटा। ओहो इसे भी डर लगता, कदे ऑपरेशन जिन्ना चिर जमा लोट नहीं होंगी ना। ओहो 4 घंटे हजे होर बाकी ने। अंकल तुसी पता लेना है इन्हां दी हुण ठीक है कि ना? हाँ जी हाँ जी, डॉक्टर साहब कहते हजे 4 घंटे लग जाएंगे होश आने च, वैसे ठीक ने, ड्रिप लगी हुई हैगी, ਕੋਈ ਗੱਲ ਨਹੀਂ, ਟੈਨਸ਼ਨ ਵਾਲੀ ਕੋਈ ਗੱਲ ਨਹੀਂ। ਤੁਹਾਡੇ ਵਾਈਫ ਕਿੱਦਾਂ ਨੇ? ਉਹ ਤਾਂ ਠੀਕ ਆ ਜੀ, ਹੁਣ ਗਏ ਸੀਗੇ ਉਹਦੇ ਅੰਦਰ ਅੰਦਰ ਜਾ ਕੇ ਆਏ ਸਾਡੇ ਵਾਸਤੇ, ਤੇ ਇਹ ਵੀ ਰੱਬ ਆ ਜੀ, ਭਾਵੇਂ ਪੈਸੇ ਲੈ ਲੈ, ਪੈਸੇ ਨਾਲ ਵੀ ਅੱਜ ਕੱਲ੍ਹ ਚੀਜ਼ ਮਿਲਦੀ, ਕਿੰਨੀ ਕਿਹੜਾ ਦਿੰਦਾ ਅੱਜ ਕੱਲ੍ਹ ਜੀ, ਭਾਵੇਂ ਇਹ ਕਿਵੇਂ ਕਰਕਾ ਸਾਨੂੰ ਦਿੱਤੀ ਤਾਂ ਇਹ ਕਰਨੀ। ਅੰਕਲ ਤੁਸੀਂ ਤਾਂ ਇਹਨਾਂ ਦੇ ਕਰਜ਼ਦਾਰ ਹੋਗੇ, ਨਾਲੇ ਟਾਈਮ ਸਿਰ ਜੇ ਕਿਡਨੀ ਉਹਨਾਂ ਨੂੰ ਨਾ ਮਿਲਦੀ ਤਾਂ ਉਹਨਾਂ ਦੀ ਜਾਨ ਖਤਰੇ 'ਚ ਸੀਗੀ, ਤੁਹਾਨੂੰ ਵੀ ਪਤਾ, ਇਹ ਤਾਂ ਤੁਹਾਡੇ ਲਈ ਰੱਬ ਬਣ ਕੇ ਬੋੜੇ ਨੇ, ਤੁਸੀਂ ਇਹਨਾਂ ਦਾ ਕਰਜ਼ ਦਾ 10 ਲੱਖ 'ਚ ਵੀ ਨਹੀਂ ਸੀ ਉਤਾਰ ਸਕਦੇ। ਐਡੀ ਗੱਲ, ਇੰਨਾ ਉਹ ਕਰਿਆ ਡਾਕਟਰ ਸਾਹਿਬ ਨੇ ਜੀ, ਪੈਸੇ ਨਾਲ ਵੀ ਨਹੀਂ ਮਿਲੀ, खुद ਬੋੜਿਆਗਾ ਇਸ ਇਨਸਾਨ ਦੇ ਅੰਦਰ ਵਸ ਕੇ, ਤਾਂ ਅਸੀਂ ਤਾਂ ਕਹਿੰਦੇ ਹਾਂ ਸਾਰੀ ਉਮਰ ਨਹੀਂ ਇਹਦਾ ਕਰਜ਼ ਉਤਾਰ ਸਕਦੇ। किधर तुसी की लगदे पेशेंट दे? मैं तां पता नहीं,
मेरी गल सुनो जी। पति? हाँ मेरी गल सुनो, एक मिनट पूछता मैं। ले जी रे, एक मेरे पेशेंट कोल कोई नहीं हैगा। एक मिनट मेरी गल सुन लो। की गल हुई? एक मिनट और मेरी गल सुन लो। ओहो चलो। मैनु दसोगे भी की गल लगी? मैनु इत्थे क्यों लेके आए हो तुसी? ओ कड़े बिस्तरे ते मरीज पया सी, ओदे नाल किसी ने गलत काम कीता। तुहाडा दिमाग खराब आ, तुसी किदां दा कुछ बोल रहे हो? हॉस्पिटल च आ मरीज आ, वो फिर हुण होया की ओदे नाल? ਤੁਸੀਂ ਕੌਣ ਹੋ? ਮੈਂ ਉਹਦਾ ਘਰ ਵਾਲਾ। ਜੇ ਘਰ ਵਾਲੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾਗਾ। ਮੈਨੂੰ ਕਿਉਂ ਸਵਾਲ ਕਰ ਰਹੇ ਹੋ? ਨਾਲੇ ਮੈਂ ਪੇਸ਼ੈਂਟ ਕੋਲ ਜਾਣਾਗਾ, ਡਾਕਟਰ ਸਾਹਿਬ ਗੱਲ ਸੁਣੋ। ਮੈਂ ਹੋਇਆ ਕੀ ਹੈ, ਉਹ ਤਾਂ ਕਿਸੇ ਮੁੰਡੇ ਨਾਲ ਚੜ ਕੇ ਆਈ ਸੀ ਮੋਟਰਸਾਈਕਲ ਤੇ, ਵੀ ਹੋਇਆ ਕੀ ਮੈਂ ਪੁੱਛਦਾ ਉਹਨੂੰ। ਅੱਛਾ ਮੁੰਡੇ ਨਾਲ ਚੜ ਕੇ ਆਈ ਸੀ, ਇਹਦਾ ਮਤਲਬ ਤੁਸੀਂ ਉਹਦਾ ਗਲਤ ਮਤਲਬ ਕੱਢੋਗੇ? ਤੁਹਾਨੂੰ ਪਤਾ ਉਹ ਨਹੀਂ? ਮੈਂ ਕੀ ਦੱਸੋ, ਕਿਡਨੀ ਦਿੱਤੀ ਹੈ 5 ਲੱਖ ਰੁਪਏ ਚ, ਕਿਡਨੀ ਵੇਚੀ ਆ, ਪਰ ਮੈਨੂੰ ਨਹੀਂ ਪਤਾ ਕੀ ਪ੍ਰੋਬਲਮ ਆ। ਉਹ ਤਾਂ ਵਿਚਾਰੀ ਬਹੁਤ ਭਲੀ ਇਨਸਾਨ ਹੈਗੀ। 5 ਲੱਖ ਰੁਪਏ ਚ? ਹਾਂ, ਕਿਸੇ ਲਈ ਰੱਬ ਦਾ ਰੂਪ ਬਣ ਕੇ ਬੌੜੀ ਆ, ਜਿਨ੍ਹਾਂ ਨੂੰ ਕਿਡਨੀ ਦਿੱਤੀ ਆ ਉਹ ਵੀ ਬਹੁਤ ਮਜਬੂਰ ਸੀਗੇ। ਮੈਂ ਬਹੁਤ ਗਲਤ ਸੋਚਦਾ ਰਿਹਾ, ਉਹਨਾਂ ਨੂੰ ਕਿਤੋਂ ਕਿਡਨੀ ਨਹੀਂ ਸੀ ਮਿਲ ਰਹੀ, ਫਿਰ ਇਹਨਾਂ ਨੇ 5 ਲੱਖ ਰੁਪਏ ਦੇ ਵਿੱਚ ਕਿਡਨੀ ਵੇਚੀ ਹੈਗੀ ਗੁਰਚਰਨ ਸਿੰਘ ਦੀ ਵਾਈਫ ਨੂੰ। ਤੁਸੀਂ ਕਿਉਂ ਆਪਦੀ ਵਾਈਫ ਤੇ ਇਦਾਂ ਦੇ ਇਲਜ਼ਾਮ ਲਾਉਂਦੇ ਪਏ ਹੋ? ਨਹੀਂ, ਕਿਸੇ ਨੇ ਮੈਨੂੰ ਗਲਤ ਫਹਿਮੀ ਕਰਤੀ, ਪੈਦਾ ਕਰਤੀ ਸੀ, ਮੈਂ ਤਾਂ ਕਰਕੇ। ਅੱਛਾ, ਜੇ ਕਿਸੇ ਨੇ ਤੁਹਾਨੂੰ ਗਲਤ ਕਹਿਤਾ ਤਾਂ ਤੁਸੀਂ ਆਪਣੀ ਫੈਮਿਲੀ ਨੂੰ ਗਲਤ ਠਹਿਰਾ ਦੋਗੇ? ਨਹੀਂ, ਮੈਂ ਪਤਾ ਹੀ ਕਰਨ ਆਇਆ ਸੀ ਮੈਂ ਕੀ ਗੱਲ ਆ। ਬਸ ਮੈਂ ਪਰ ਧੰਨਵਾਦ ਤੁਹਾਡਾ ਬਹੁਤ ਬਹੁਤ ਜੋ ਮੈਨੂੰ ਦੱਸਤਾ ਸੱਚਾਈ। ਜਾਓ, ਉਹਦਾ ਖਿਆਲ ਰੱਖੋ, ਮੇਰੀ ਗੱਲ ਸੁਣੋ, ਉਹਨਾਂ ਨੂੰ ਜ਼ਿਆਦਾ ਸਟ੍ਰੈਸ ਨਹੀਂ ਦੇਣਾ, ਠੀਕ ਹੈ? ਉਹ ਪਹਿਲੇ ਤੁਹਾਨੂੰ ਪਤਾ ਗਾ ਸਰੀਰ ਦਾ ਅੰਗ ਕੱਢ ਕੇ ਦੇਣਾ ਦੂਜੇ ਨੂੰ ਬਹੁਤ ਮੁਸ਼ਕਲ ਹੁੰਦਾ ਗਾ, ਉਹਦਾ ਜਿੰਨਾ ਹੋ ਸਕੇ ਖਿਆਲ ਰੱਖਿਓ। ਉਹ ਇਦਾਂ ਦੇ ਪੁੱਠੇ ਸਿੱਧੇ ਸਵਾਲ ਕਰਨੇ ਹੋਏ ਬਾਅਦ ਚੋਂ ਕਰ ਲਿਓ। ਨਾ ਨਾ ਕੋਈ ਗੱਲ, ਧੰਨਵਾਦ। ਕਿੱਦਾਂ ਦਾ ਇਨਸਾਨ ਆ, ਇਹਨੂੰ ਪਤਾ ਹੀ ਨਹੀਂ ਸੀ ਕਿ ਮੇਰੀ ਵਾਈਫ ਨੇ ਐਡਾ ਵੱਡਾ ਕਦਮ ਚੱਕ ਲਿਆ। ਚਲੋ ਮੈਂ ਵੀ ਆਪਦੀ ਡਿਊਟੀ ਸਾਂਭਾਂ ਜਾ ਕੇ। ਰਵੀਨ ਮੈਂ ਤੇਰੇ ਤੇ ਸ਼ੱਕ ਕਰਦਾ ਰਿਹਾ, ਇਹ ਮੇਰੇ ਖਾਤਰ ਤੋਂ ਆਪਦੀ ਕਿਰਨੀ ਤੈਨੂੰ ਕੀ ਲੋੜ ਸੀ ਪ੍ਰਵੀਨ? ਪੈਸਿਆਂ ਖਾਤਰ ਦੇ ਲਾ, ਮੇਰੇ ਖਾਤਰ ਆਪਦੀ ਕਿਡਨੀ ਵੇਚਤੀ 5 ਲੱਖ 'ਚ। ਮੈਂ ਸੋਚੀ ਜਾਂਦਾ ਜੀ ਵੀ ਇੰਨੇ ਪੈਸੇ ਆਉਂਦੇ ਕਿੱਥੋਂ ਆ, ਮੇਰੇ ਦਵਾਈਆਂ ਦੇ, ਘਰ ਪਲਸਤਰ ਕਰਾ ਲਿਆ, ਮੇਰੇ ਖਾਤਰ ਇੰਨਾ ਕੁਛ ਕੀਤਾ। ਮੈਂ ਤਾਂ ਸ਼ੱਕ ਕਰਦਾ ਰਿਹਾ, ਮੈਨੂੰ ਕੁੱਟਦਾ ਰਿਹਾ, ਮਾਰਦਾ ਰਿਹਾ, ਰੱਬ ਨੇ ਮੈਨੂੰ ਕਦੇ ਨਹੀਂ ਮਾਫ਼ ਪਤਾ ਨਹੀਂ ਕਦੋਂ ਸੌਗਾ ਇਹਨੂੰ। ਤੁਸੀਂ ਹੋ ਸਾਗਰ ਠੀਕ ਆ ਤੂੰ? ਹਾਂਜੀ, ਪਰ ਤੁਸੀਂ ਉਰੇ ਕਿਵੇਂ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਹੌਸਪੀਟਲ ਜਾ? ਮੈਨੂੰ ਪਤਾ ਲੱਗ ਗਿਆ ਸੀ, ਬਸ ਪੁੱਛਣਾ ਕਿਵੇਂ ਪਤਾ ਲੱਗਿਆ। ਮੈਂ ਤੈਨੂੰ ਗਲਤ ਬਹੁਤ ਸਮਝਦਾ ਰਿਹਾ ਪ੍ਰਵੀਨ, ਮੈਨੂੰ ਮਾਫ਼ ਕਰ ਦੇ, ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ। ਮੈਨੂੰ ਕੁੱਟਦਾ ਰਿਹਾ, ਮਾਰਦਾ ਰਿਹਾ, ਫਿਰ ਤੂੰ ਸ਼ੱਕ ਕਰਦਾ ਰਿਹਾ। ਨਹੀਂ ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਤੁਸੀਂ ਠੀਕ ਹੋ ਹੁਣ? ਮੈਂ ਤਾਂ ਠੀਕ ਹੈ ਪ੍ਰਵੀਨ, ਤੂੰ ਦੱਸ ਕਿਵੇਂ ਠੀਕ ਹੈ ਤੂੰ? ਪਰ ਤੈਨੂੰ ਕੀ ਲੋੜ ਸੀ ਮੈਨੂੰ ਸੱਚਾਈ ਦੱਸ ਦਿੰਦੀ? ਮੈਂ ਤੁਹਾਨੂੰ ਕਿਵੇਂ ਦੱਸਦੀ ਕੁਛ, ਤੁਹਾਡੀ ਤਾਂ ਹਾਲਤ ਪਹਿਲੀ ਬਹੁਤ ਖਰਾਬ ਸੀ, ਫਿਰ ਮੈਂ ਤੁਹਾਨੂੰ ਦੱਸ ਕੇ ਹੋਰ ਤੁਹਾਡੇ ਤੇ ਬੋਝ ਨਹੀਂ ਪਾਉਣਾ ਚਾਹੁੰਦੀ ਸੀ। ਮੈਨੂੰ ਜੋ ਸਹੀ ਲੱਗਿਆ ਉਹ ਮੈਂ ਕਰਤਾ। ਪਰ ਤੂੰ ਮੈਨੂੰ ਦੱਸ ਸਕਦੀ ਵੀ ਆਹ ਗੱਲਬਾਤ ਹੈ? ਚਲੋ ਕੋਈ ਨੀ, ਮੈਨੂੰ ਮਾਫ਼ ਕਰ ਦੋ, ਮੈਂ ਤੁਹਾਡੇ ਤੇ ਮਾਫ਼ੀ ਤੂੰ ਨਾ ਮੰਗ, ਤੂੰ ਮੈਂ ਤੈਥੋਂ ਮੰਗਦਾ ਮਾਫ਼ੀ, ਤੂੰ ਮੈਨੂੰ ਮਾਫ਼ ਕਰ ਦੇ, ਮੈਥੋਂ ਬਹੁਤ ਵੱਡੀ ਗਲਤੀ ਹੋ ਗਈ। ਤੁਸੀਂ ਨਾ ਠੀਕ ਆ ਨਾ? ਮੈਂ ਠੀਕ ਹਾਂ। ਵੈਸੇ ਅਸੀਂ ਪਰਿਵਾਰਕ ਵੀਡੀਓ ਪਾਉਣੇ ਹੁੰਦੇ ਹਾਂ ਤੇ
साडे नाल जिहड़े बंदे सारे परिवार की जुड़े हुए आ दिलों असीं सब दा धन्नवाद करते हैं परमात्मा अगे भी यही अरदास करते हैं सब ते साडे भैन भरा जिन्ने साडे नाल जुड़े हुए सब ते मेहर रखे अपने हुण चन्नी जी कमेंट भी बोलणगे जिहड़े मेरे भैन भरावां ने कीते आ बहुत असीं दिल तों धन्नवाद करते हैं उन्हां दा बोलो जी जीवन कुमार जी जसपाल जी ते सिमनजीत जी निर्मल सोनी जी अंग्रेज सिंह जी जीवन कुमार जी विक्की साहब पी के भुल्लर जी रमेश कुमार जी ढिलो जी रुपिंदर जी जसपाल जी ते जसजीत शर्मा जी राजू राजनीत हो गए हरभजन सिंह गिल हो गया दिलबाग सिंह हो गया जी ते जसवीर कौर जी ते डॉक्टर बलजिंदर सिंह जी थोड़ा जी बहुत बहुत धन्यवाद इस तरह सानू कमेंट करते रहो सानू प्यार करते रहो थोड़ा बहुत बहुत धन्यवाद इस तरह साडी वीडियो नू वध तों वध शेयर करते रहो थैंक यू जी थैंक यू जी सारे लव यू जी।